Hola ਹੈਲੋ 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 ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਵੈਰੀ ਗੁੱਡ ਇਵਨਿੰਗ ਟੂ 올 ਸਵਾਗਤ ਹੈ ਤੁਹਾਡਾ ਸਭ ਦਾ ਆਨਲਾਈਨ ਸੈਸ਼ਨ ਦੇ ਵਿੱਚ ਹਨਾ ਸਰ ਆਨਲਾਈਨ ਸੈਸ਼ਨ ਹੈ ਨਾ ਹਨਾ ਓਕੇ ਸੋ ਪ੍ਰੀਵੀਅਸ ইয়ার ਕੁਐਸਚਨ ਆਪਣੀ ਇੰਡੀਅਨ ਪੋਲੀਟੀ ਦੇ ਜੋ ਆਪਾਂ ਸੀਰੀਜ਼ ਸਟਾਰਟ ਕਰੀ ਹੋਈ ਹੈ ਅੱਜ ਉਹਦਾ 3rd ਡੇ ਰਹੇਗਾ ਲਾਸਟ ਆਪਣੇ 50 ਕੁਐਸਚਨਸ ਕੰਪਲੀਟ ਹੋ ਚੁਕੇ ਸੀ ਉਹਦੀ ਤੁਹਾਨੂੰ ਜਿਹੜੀ ਪੀਡੀਐਫ ਹੈ ਟੈਲੀਗ੍ਰਾਮ ਦੇ ਉੱਪਰ ਮਿਲ ਚੁਕੀ ਹੋਣੀ ਹੈ ਸੋ ਪੀਡੀਐਫ ਕਿੱਥੇ ਮਿਲੇਗੀ ਆਪਣੀ ਕੋਲ ਟੈਲੀਗ੍ਰam ਚੈਨਲ ਹੈ ਜੀਐਸ ਵਿਦ ਅੰਕੁਸ਼ਰ ਉਹਦੇ ਉੱਪਰ ਮਿਲੇਗੀ ਕਾਫੀ ਸਟੂਡੈਂਟਾਂ ਦਾ ਸਰ ਵਿਦ ਅੰਸਰ ਦੇ ਦਿਓ ਉਹ ਵੀ ਅੰਸਰ ਕਿੱਥੋਂ ਦਿੱਤਾ ਪਹਿਲਾਂ ਇੱਥੇ ਅੰਸਰ ਲਗਵਾਤਾ ਰਹਿਆ ਉਹ ਤਾਂ ਤੁਹਾਡੀ ਰਿਵੀਜ਼ਨ ਲਈ ਹੈ ਰਿਵੀਜ਼ਨ ਦੇ ਵਿੱਚ ਵੀ ਤੁਹਾਨੂੰ ਅੰਸਰ ਮਿਲ ਜਾਣਗੇ ਫਿਰ ਰਿਵੀਜ਼ਨ ਨਹੀਂ ਹੋਣੀ ਤੁਹਾਡੀ ਚਲੋ ਸੋ ਆਈਦਰ ਸੈਸ਼ਨ ਸ਼ੁਰੂ ਕਰਦੇ ਹਾਂ ਪਹਿਲਾਂ ਜਿੰਨੇ ਜਿੰਨੇ ਪਹੁੰਚ ਗਏ ਸਾਰਿਆਂ ਨੂੰ ਉਹੀ ਬੇਨਤੀ ਕੀਤੀ ਜਾਂਦੀ ਹੈ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਇਸ ਨੂੰ ਸ਼ੇਅਰ ਕਰ ਦਿਓ ਸਰ ਉਹ ਕਮੈਂਟ ਸੈਕਸ਼ਨ ਬਣਾ ਥੋੜਾ ਕਰਨਾ ਹੋ ਨਹੀਂ ਰਿਹਾ ਹਮ ਓਕੇ ਜੀ ਓਕੇ ਚਲੋ ਸੈਂਟਰ ਵਿੱਚ ਤਾਂ ਕੋਈ ਸੈਂਟਰ ਜ ਕੋਈ ਬੋਲਦਾ ਨਹੀਂ ਇੱਥੇ ਗਾ ਪਾ ਰਖਿਆ ਇੱਥੇ ਪੂਰਾ ਗਾ ਪਾ ਰਖਿਆ ਦੁਖੀ ਆਤਮਾ ਜੀ ਆ ਪਹੁੰਚੇ ਨਹੀਂ ਦੁਖੀ ਆਤਮਾ ਜੀ ਦੁਖੀਤਾ ਨਹੀਂ ਹੋਏ ਹੋਏ ਤੁਸੀਂ ਪੂਰੇ ਪ੍ਰੀਵੀਅਸ ਈਅਰ ਕੁਐਸਚਨ ਦਾ ਤੀਸਰਾ ਸੈਸ਼ਨ ਅੱਜ ਲੈਣ ਵਾਲਾ ਇੰਡੀਅਨ ਪੋਲੀਟੀ ਦਾ ਸੋ ਆਪਣੇ ਕੋਲ ਇੰਡੀਅਨ ਪੋਲੀਟੀ ਦੇ ਉੱਪਰ ਜਿਹੜੇ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਆਏ ਹੋਏ ਆ ਉਹ ਸਾਰੇ ਕੁਐਸਚਨ ਦੇ ਪੀਡੀਐਫ ਤੁਹਾਨੂੰ ਟੈਲੀਗ੍ਰam ਦੇ ਉੱਪਰ ਮਿਲੇਗੀ ਪਹਿਲਾਂ ਮੈਂ ਦੱਸਦਾ ਤੇ ਜਿੰਨੇ ਜਨਾਂ ਨੇ ਹਜੇ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਦਬਕੇ ਸ਼ੇਅਰ ਕਰ ਦਿਓ ਬਾਕੀ ਜਨੇ ਵਿਚਾਰੇ ਅੰਨੀ ਗਵੰਡੀ ਹੈਗੇ ਤੁਹਾਡੇ ਯਾਰ ਮਿਲਣ ਤੇ ਸ ਪੰਜਾਬ ਜੀ ਕੇ ਦੀ 17 ਕਲਾਸਿਸ ਲਗੀਆਂ ਨੇ ਉਹਨੂੰ ਵੀ ਜਲਦੀ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਪੱਕਾ ਨਾ ਪ੍ਰੋਮਿਸ ਨਹੀਂ ਕਰਦਾ ਕਿਉਂਕਿ ਟਾਈਮ ਜ਼ਿਆਦਾ ਨਹੀਂ ਮਿਲ ਪਾ ਰਿਹਾ ਤਾਂ ਸਟੂਡੈਂਟਸ ਦੀ ਡਿਮਾਂਡ ਸੀ ਸਰ ਅਸੀਂ ਪੰਜਾਬ ਜੀ ਕੇ ਕੀਤੀ ਹੋਈ ਹੈ ਸਾਨੂੰ ਕੁਐਸਚਨ ਕਰਵਾ ਦਿਓ ਇਹਦੇ ਤੋਂ ਬਾਅਦ ਪੰਜਾਬ ਜੀ ਕੇ ਦੇ ਐਮਸੀਕਿਊਜ਼ ਲੈ ਕੇ ਆਉਂਗਾ ਪਹਿਲਾ ਕੁਐਸਚਨ 50 ਕੁਐਸਚਨ ਹੋ ਗਏ ਸੀ ਅੱਜ ਦਾ ਅੱਜ ਦਾ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਹੈ ਦਾ ਨੇਮ ਆਫ ਦਾ ਯੂਨੀਅਨ 기ਵਨ ਇਨ ਦਾ ਕਨਸਟੀਟਿਊਸ਼ਨ ਆਪਣੇ ਇੰਡੀਆ ਦਾ ਜਿਹੜਾ ਆਪਣੇ ਇੱਕ ਸੰਵਿਧਾਨ ਦੇ ਵਿੱਚ ਨਾਮ ਲਿਖਿਆ ਹੋਇਆ ਉਹ ਕੀ ਹੈ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਹਲਕਾ ਜਿਹਾ ਪਹਿਲਾਂ ਹੀ ਦੱਸ ਦੇਣਾ ਚਾਹਨਾ ਆਪਣਾ ਕਨਸਟੀਟਿਊਸ਼ਨ ਦਾ ਆਰਟੀਕਲ ਨੰਬਰ 1 ਅਨੁਛੇਦ ਨੰਬਰ 1 ਕਾ ਪੰਜਾਬੀ ਵਿੱਚ ਲਿਖ ਦਿਓ ਸਰ ਹਿੰਦੀ ਦੇ ਵਿੱਚ ਵੀ ਲਿਖ ਦਿਓ ਅਜੇ ਸਰ ਹਮੇ ਹਿੰਦੀ ਮੇ ਚਾਹੀਏ ਸਰ ਹਮ ਹਿੰਦੀ ਮੇ ਪੜਨਾ ਚਾਹਤੇ ਹੈ ਤੋ ਆਪ ਹਿੰਦੀ ਮੇ ਪੜਨਾ ਚਾਹਤੇ ਹੋ ਲੋ ਜੀ ਅਨੁਛੇਦ ਬੋਲ ਦیتے ਹੈ ਹਿੰਦੀ ਮੇ ਠੀਕ ਹੈ ਅਨੁਛੇਦ ਬੋਲ ਦیتے ਹੈ ਹਿੰਦੀ ਮੇ ਸੋ ਆਰਟੀ ਉਹ ਇੰਡੀਆ ਦੇ ਦੋ ਹੀ ਨਾਮ ਮੈਂਸ਼ਨ ਹੈ ਵੈਰੀ ਗੁੱਡ ਅਨਸਰ ਆ ਰਿਹਾ ਸੀ ਫੋਰ ਕੈਟ ਸੀ ਫੋਰ ਕੈਡ ਸੀ ਫੋਰ ਚੰ드ਰਮਾ ਸੀ ਫੋਰ ਕੈਟ ਚਲੋ ਜੀ ਸੋ ਆਪਣੇ ਕੋਲ ਜਿਹੜਾ ਹੈਗਾ ਬਿਲਕੁਲ ਜੀ ਬਿਲਕੁਲ ਸੋ ਇੰਡੀਆ ਦੈਟ ਇਜ਼ ਅ ਭਾਰਤ ਤਾਂ ਆਰਟੀਕਲ ਨੰਬਰ 1 ਕੀ ਕਹਿੰਦਾ ਆਰਟੀਕਲ ਨੰਬਰ 1 ਇਹੀ ਸਮਝਾਉਂਦਾ ਇੰਡੀਆ ਦੈਟ ਇਜ਼ ਅ ਭਾਰਤ ਇੰਡੀਆ ਜਿਹੜਾ ਕੀ ਭਾਰਤ ਹੈ ਇੰਡੀਆ ਜਿਹੜਾ ਕੀ ਭਾਰਤ ਹੈ ਉਹ ਕੀ ਹੈਗਾ ਉਹ ਯੂਨੀਅਨ ਆਫ ਸਟੇਟ ਹੈ ਉਹ ਸਟੇਟਾਂ ਦਾ ਸਮੂਹ ਹੈ ਕਹਿੰਦੇ ਸਰ ਸਟੇਟਾਂ ਕੀ ਹੁੰਦੀਆਂ ਸਟੇਟਸ ਹੁੰਦੀਆਂ ਸਟੇਟਾਂ ਨਹੀਂ ਹੁੰਦੀਆਂ ਐਕਸਟੂਡੈਂਟ ਕਹਿੰਦਾ ਸਰ ਕਿੰਨੀਆਂ ਸਟੇਟਾਂ ਨੇ ਆਪਣੀਆਂ ਮੈਂ ਕਿਹਾ ਸਟੇਟਾਂ ਪਤਾ ਨਹੀਂ ਕਿੰਨੀਆਂ ਸਟੇਟਸ ਆਪਣੀਆਂ 28 ਨੇ ਅ ਵੀ ਸਸਿਕਾਲ ਜੀ ਸਸਿਕਾਲ ਗੁੱਡ ਇਵਨਿੰਗ ਗੁੱਡ ਇਵਨਿੰਗ ਜਲਦੀ ਪਹੁੰਚ ਜਾ ਕਰੋ ਪੂਰੇ ਟਾਈਮ ਤੇ ਯਾਰ ਜਲਦੀ 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 ਅਨਸਰ ਆਏਗਾ ਸੀ ਪਹਿਲਾ ਕੁਐਸਚਨ ਅੱਜ ਦਾ ਕਵਰ ਹੁੰਦਾ ਤੇ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਕੀ ਨਾਮ ਹੈ ਤੇ ਕਿਹੜੇ ਆਰਟੀਕਲ ਚ ਮੈਂਸ਼ਨ ਹੈ ਤੇ ਆਪਣੇ ਕੋਲ ਇੰਡੀਆ ਯੂਨੀਅਨ ਆਫ ਸਟੇਟਸ ਹੈ ਰਾਜਿਆਂ ਦਾ ਸੰਘ ਹੈ ਇਹ ਕਿੱਥੇ ਮੈਂਸ਼ਨ ਹੈ ਤਾਂ ਇਹ ਵੀ ਆਪਣੇ ਕੋਲ ਕਿੱਥੇ ਮੈਂਸ਼ਨ ਹੈ ਕਿੱਥੇ ਆ ਕਮਲਿਓ ਆਰਟੀਕਲ ਨੰਬਰ 1 ਵਿੱਚ ਭਾਰਤ ਰਾਜ ਦਾ ਸੰਘ ਹੈ ਆਹੋ ਭਾਰਤ ਰਾਜ ਦਾ ਸੰਘ ਹੈ ਜਿਵੇਂ ਤੁਸੀਂ ਬਣੇ ਹੋਏ ਆਡਰ ਆਰਗਨਸ ਤੋਂ ਉਵੇਂ ਆਪਣਾ ਇੰਡੀਆ ਬਣਿਆ ਹੋਇਆ ਆਪਣੀ ਸਟੇਟਸ ਨੂੰ ਮਿਲਾ ਕੇ ਸੁਪਰੀਮ ਕੋਰਟ ਵਾਸ ਐਸਟੈਬਲਿਸ਼ਡ ਓਨ ਕਿਹੜੇ ਸਾਲ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੋ ਸੁਪਰੀਮ ਕੋਰਟ ਅਗਰ ਪੇਪਰ ਦੇ ਵਿੱਚ ਆਪਣੇ ਭਾਰਤ ਦੀ ਪਹਿਲੀ ਸੁਪਰੀਮ ਕੋਰਟ ਪੁੱਛੀ ਜਾਂਦੀ ਹੈ ਤਾਂ ਉਹ ਦਾ 1773 ਵਿੱਚ ਇੱਕ ਐਕਟ ਆਇਆ ਸੀ ਕਿਹੜਾ ਐਕਟ ਆਇਆ ਸੀ ਉਹ ਰੈਗੂਲੇਟਿੰਗ ਐਕਟ ਆਇਆ ਸੀ ਰੈਗੂਲੇਟਿੰਗ ਐਕਟ ਦੇ ਅੰਦਰ 1774 ਦੇ ਵਿੱਚ ਪਹਿਲੀ ਸੁਪਰੀਮ ਕੋਰਟ ਬਣੀ ਸੀ ਉਹ ਕਿੱਥੇ ਬਣੀ ਸੀ ਕਲਕੱਤਾ ਦੇ ਵਿੱਚ ਬਣੀ ਸੀ ਸਰ ਆਹ ਵਾਲੀ ਸੁਪਰੀਮ ਕੋਰਟ ਦੇ ਜਿਹੜੇ ਮੁੱਖ ਜੱਜ ਹੁੰਦੇ ਐ ਕੀ ਉਹਨਾਂ ਦਾ ਤੁਸੀਂ ਨਾਮ ਦੱਸ ਸਕਦੇ ਹੋ ਬਿਲਕੁਲ ਦੱਸ ਸਕਦਾ ਜੀ ਉਹਨਾਂ ਦਾ ਨਾਮ ਸੀ ਐਲਿਜ਼ਾ ਇਮਫੇ ਕੀ ਨਾਮ ਸੀ ਐਲਿਜ਼ਾ ਇਮਫੇ ਐਲਿਜ਼ਾ ਇਨਫੇ ਵੈਰੀ ਗੁੱਡ 1950 ਸੋ 1950 28 ਜਨਵਰੀ 1950 ਨੂੰ ਬਣੀ ਸੀ ਆਪਣੀ ਪਹਿਲੀ ਸੁਪਰੀਮ ਕੋਰਟ ਤਾਂ ਸੋ ਪਹਿਲੀ ਨਹੀਂ ਸੋਰੀ ਆਪਣੀ ਇੰਡੀਆ ਦੀ ਸੁਪਰੀਮ ਕੋਰਟ ਸੋ ਇਹਦੇ ਵਿੱਚ ਉਦੋਂ 8 ਬੰਦੇ ਹੁੰਦੇ ਸੀ 8 ਬੰਦੇ ਜਾਂ ਬੁੜੀਆਂ ਵੀ ਲਾ ਲਓ 7 ਪਲੱਸ 1 ਜਿਨੇ ਵਿੱਚ 7 ਜੱਜ ਹੁੰਦੇ ਸੀ ਇੱਕ ਮੁੱਖ ਜੱਜ ਹੁੰਦਾ ਸੀ ਤੇ ਆਪਣੇ ਇੰਡੀਆ ਦਾ ਫਰਸਟ ਚੀਫ ਜਜਿਸ ਆਫ ਇੰਡੀਆ ਕੌਣ ਸੀ ਇਹ ਦਾ 1773 ਵਾਲੀ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਦੱਸਿਆ ਮੈਂ ਫਰਸਟ ਚੀਫ ਜਜ ਆਫ ਇੰਡੀਆ ਕੌਣ ਸੀ ਐਚ ਜੇ ਕੰਨੀਆਂ ਕੌਣ ਸੀ ਐਚ ਜੇ ਕੰਨੀਆਂ ਐਡ ਪ੍ਰੈਜ਼ੀਡੈਂਟ 33 ਪਲੱਸ 1 ਹੋ ਚੁੱਕਿਆ ਤੇ ਹੁਣ ਕੌਣ ਨੇ ਡੀワイ ਚੰਦਰਚੂੜ ਡੀワイ ਚੰਦਰਚੂੜ ਕਿੰਵੇਂ ਚੀਫ ਜਸਟਿਸ ਨੇ ਇਹ ਤੁਸੀਂ ਮੈਨੂੰ ਕਮੈਂਟੇ ਦੱਸੋਗੇ ਆਰਟੀਕਲ ਨੰਬਰ ਦੱਸੋ ਸਰ ਲੋ ਜੀ ਦੇਖੋ ਜਾਦੂ ਕਰਨਾ ਹੈ ਤੁਸੀਂ ਜਾਦੂਗਰ ਦੇਖਿਆ ਜਾਦੂਗਰ ਸਮਰਾਟ ਸ਼ੰਕਰ ਸੋ ਆਰਟੀਕਲ ਨੰਬਰ 124 12 ਕਾ 4 42 ਕਾ 1 ਸੁਣੇ ਮਾਈ ਨੇਮ ਇਜ਼ ਲਖਨ ਸੋ ਜਿਹੜਾ ਬੰਦਾ 1 2 ਦਾ 4 ਕਰੇਗਾ ਸੁਪਰੀਮ ਕੋਰਟ ਅਨੁਚਾ ਕੇ ਪਾਸੇ ਮਾਰੇਗੀ ਕਹਿੰਦਾ 1 2 ਦਾ 4 ਨਹੀਂ ਕਰਨੇਗਾ 2 1 ਦਾ 4 ਕਰਨੇਗਾ ਕਿਉਂ ਜੀ 124 ਨੰਬਰ ਆਰਟੀਕਲ ਹੈਗਾ ਸੁਪਰੀਮ ਕੋਰਟ ਦਾ 214 ਹੈਗਾ ਹਾਈ ਕੋਰਟ ਦਾ ਹੋਰ ਦੱਸੋ ਆਰਟੀਕਲ ਆਰਟੀਕਲ ਆਪਾਂ ਸਾਰੇ ਚੱਕੀ ਕਰਨੇ ਆ 50 ਨੰਬਰ ਨਹੀਂ ਹੈਗਾ ਜੀ 50 ਨੰਬਰ ਨਹੀਂ ਹਾਂ ਬਿਲਕੁਲ ਅੱਛਾ 50 ਨੰਬਰ ਆਰਟੀਕਲ ਸੋਚ ਰਿਆ ਸੀ ਮੈਂ ਸੌਰੀ ਸੋ ਡੀワイ ਚੰਦਰ ਚੋੜ ਆਪਣੀ ਜਿਹੜੇ 50 ਹੈ ਤੇ ਚੀਫ ਜਸਟਿਸ ਹੈ ਬਿਲਕੁਲ ਸਹੀ ਹੈ ਅੱਛਾ ਕੁਐਸਚਨ ਆਏਗਾ ਫਰਸਟ ਫਰਸਟ ਵੂਮਨ ਜੱਜ ਆਫ ਸੁਪਰੀਮ ਕੋਰਟ ਪਹਿਲੀ ਜਨਾਨੀ ਜੱਜ ਕਦੋਂ ਬਣੀ ਸੀ ਜਨਾਨੀ ਕਹ ਲੋ ਵੂਮਨ ਕਹ ਲੋ ਮਹਿਲਾ ਕਹ ਲੋ ਫਰਸਟ ਮਹਿਲਾ ਜੱਜ ਬਣਨ ਵਾਲੇ ਸੁਪਰੀਮ ਕੋਰਟ ਦੇ ਉਹਨਾਂ ਦਾ ਨਾਮ ਕੀ ਸੀ ਇਹ ਕੁਐਸਚਨ ਵੀ ਆਇਆ ਹੋਇਆ ਹੈ ਕਹਿੰਦਾ ਸਰ ਕਿਵੇਂ ਢਿੱਲੇ ਢਿੱਲੇ ਲੱਗਦੇ ਹੋ ਮੈਂ ਤਾਂ ਢਿੱਲਾ ਢਿੱਲਾ ਨਹੀਂ ਲੱਗਦਾ ਭਾਜੀ ਤੁਸੀਂ ਲੱਗਦੇ ਹੋ ਉਸਤਾਦ ਜੀ ਪ੍ਰੋਟਮ ਸਪੀਕਰ ਦਾ ਕੀ ਕੰਮ ਹੁੰਦਾ ਹੈ ਲਾਡੀ ਕੰਬੋਜ ਜਿੰਨੇ ਦਿਨ ਪੱਕਾ ਸਪੀਕਰ ਨਹੀਂ ਚੁਣਿਆ ਜਾਂਦਾ ਉਹਨੇ ਦਿਨ ਕੱਚਾ ਸਪੀਕਰ ਕੰਮ ਕਰਦਾ ਹੈ ਬਸ ਆਹੀ ਕੰਮ ਹੁੰਦਾ ਹੁੰਦਾ ਰਿਡਸ ਕਰਾ ਦਿਓ ਗੋਰਾ ਫਾਜ਼ਿਲਕਾ ਵਾਲਿਓ ਗੋਰੇ ਜੀ ਆਪਣੇ ਕੋਲ ਜਦੋਂ ਰਿਟਾਂ ਦੇ ਕੁਸ਼ਨ ਆਇਆ ਰਿਟਾਂ ਦੇ ਉਹ ਰਿਟਾਂ ਦੇ ਇਟਾ ਦੋਨੋਂ ਕਰ ਲਾਂਗੇ ਆਪਾਂ ਠੀਕ ਹੈ ਸੋ ਬਿਲਕੁਲ ਫਾਤਿਮਾ ਬੀਬੀ ਫਾਤਿਮਾ ਬੀਬੀ ਆਪਨੇ ਸੁਪਰੀਮ ਕੋਰਟ ਦੀ ਪਹਿਲੀ ਜੱਜ ਬਣੀ ਸੀ ਲੇਕਿਨ ਹਜੇ ਤੱਕ ਕੋਈ ਵੀ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਊਮਨ ਨਹੀਂ ਬਣੀ ਲੇਕਿਨ 51 ਨੰਬਰ ਵਾਲੇ ਚੀਫ ਜਸਟਿਸ ਊਮਨ ਆ ਰਹੇ ਨੇ ਆਪਣੇ ਇੰਡੀਆ ਦੇ ਵਿੱਚ ਨਾਮ ਅਗਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਸੈਕਸ਼ਨ 'ਚ ਦੱਸ ਦੇਣਾ ਕੀ ਕਿਲਾਸ ਪਹਿਲੇ ਸੈਸ਼ਨੇ ਕਰਾਈਆਂ ਰਿਟਸ ਹਾਂ ਪਹਿਲੇ ਲੈਕਚਰੇ ਕਰਾਈਆਂ ਤੀਜਾ ਸੈਸ਼ਨ ਹੈ ਜੋ ਪੋਲੀਟੀ ਦੇ ਪ੍ਰੀਵੀਅਸ ਈਅਰ ਕੁਐਸਚਨ ਦਾ ਤੋਂ ਪਹਿਲੇ ਦੋ ਸੈਸ਼ਨ ਦੇਖੋ ਜਾ ਕੇ ਉੱਤੇ ਕਰਵਾਈਆਂ ਹੋਣਗੀਆਂ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆ ਨੈਕਸਟ ਕੁਐਸਚਨ ਦੇ ਹਾਊ ਮਨੀ ਟਾਈਮਸ ਹੈਜ਼ ਦਾ ਪ੍ਰੀਅੰਬਲ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਹੈਜ਼ ਬੀਨ ਅਮੈਂਡਡ ਭਾਰਤ ਦੇ ਵਿੱਚ ਜਿਹੜੀ ਸੰਵਿਧਾਨ ਦੀ ਪ੍ਰਸਤਾਵਨਾ ਹੈ ਅਜਾ ਪ੍ਰਸਤਾਵਨਾ ਦੀ ਗੱਲ ਕਰ ਲੈਣੇ ਆ ਤੁਸੀਂ ਅਨਸਰ ਦਿਓ ਕਿੰਨੀ ਵਾਰੀ ਅਮੈਂਡਮੈਂਟ ਹੋ ਚੁੱਕੀ ਹੈ 13 ਦਸੰਬਰ 1946 ਦੀ ਅਗਰ ਮੈਂ ਗੱਲ ਕਰਦਾ ਸੋ 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਜੀ ਨੇ ਪੇਸ਼ ਕੀਤੀ ਸੀ ਇੱਕ ਚੀਜ਼ ਜਿਹਨੂੰ ਬੋਲਿਆ ਗਿਆ ਸੀ ਆਬਜੈਕਟਿਵ ਰੈਜ਼ੋਲੂਸ਼ਨ ਕੀ ਬੋਲਿਆ ਗਿਆ ਸੀ ਆਬਜੈਕਟਿਵ ਰੈਜ਼ੋਲੂਸ਼ਨ ਉਦੇਸ਼ੀਆ ਪ੍ਰਸਤਾਵ ਉਦੇਸ਼ਿਕਾ ਆਹੀ ਉਦੇਸ਼ਿਕਾ ਨੂੰ 22 ਜਨਵਰੀ 1947 ਕਦੋਂ 22 ਜਨਵਰੀ 1947 ਨੂੰ ਆਪਾਂ ਪ੍ਰਸਤਾਵਨਾ ਦੇ ਰੂਪ ਦੇ ਵਿੱਚ ਆਪਾਂ ਅਡੌਪਟ ਕਰ ਲਿਆ ਤੇ ਪ੍ਰਸਤਾਵਨਾ ਦਾ ਕਨਸੈਪਟ ਆਪਾਂ ਕਿਥੋਂ ਲਿਆ ਯੂਐਸਏ ਤੋਂ ਲਿਆ ਤੇ ਜਿਹੜੀ ਇਹਦੀ ਲੈਂਗੁਏਜ ਹੈ ਭਾਸ਼ਾ ਹੈਗੀ ਆ ਉਹ ਕਿਥੋਂ ਲਈ ਆਸਟ੍ਰੇਲੀਆ ਤੋਂ ਲਈ ਸਰ ਇਹਦੇ ਵਿੱਚ ਕਿੰਨੀ ਵਾਰੀ ਅਮੈਂਡਮੈਂਟ ਹੋਈ ਹੈ ਸਿਰਫ ਤੇ ਸਿਰਫ ਇੱਕ ਵਾਰ ਅਮੈਂਡਮੈਂਟ ਨੰਬਰ ਕਿੰਨਾ ਸੀ 42 ਨੰਬਰ ਅਮੈਂਡਮੈਂਟ ਸਰ ਉਹੀ ਜਿਹੜੀ ਇੰਦਰਾ ਗਾਂਧੀ ਦੇ ਟਾਈਮ ਤੇ ਹੋਈ ਸੀ ਤੇ ਜਿੰਦੇ ਵਿੱਚ ਛੋਟੀ ਭੈਣ ਐਡ ਹੋਈ ਸੀ ਛੋਟੀ ਭੈਣ ਉਹਦਾ ਸਿਸ ਸਿਸ ਬੋਲੇ ਤਾਂ ਤਿੰਨ ਵਰਡ ਐਡ ਹੋਏ ਸੀ ਸੋਸ਼ਲਿਸਟ ਸੈਕੂਲਰ ਸੈਕੂਲਰ ਹੁੰਦਾ ਧਰਮ ਨਿਰਪੱਖਤਾ ਸੋਸ਼ਲਿਸਟ ਹੁੰਦਾ ਸਮਾਜਵਾਦੀ ਤੇ ਆਈ ਤੇ ਇੰਟੈਗ੍ਰਿਟੀ ਇੰਟੀਗ੍ਰਿਟੀ ਹੁੰਦੀ ਹੈ ਅਖੰਡਤਾ ਵੀ ਆਪਣਾ ਭਾਰਤ ਅਖੰਡ ਹੈ ਟੁੱਟਣ ਵਾਲਾ ਨਹੀਂ ਹੈ ਸੋ ਪ੍ਰੀਅੰਬਲ ਇਸ ਦੀ ਕੀ ਆਫ ਦੀ ਕਨਸਟੀਟਿਊਸ਼ਨ ਪ੍ਰੀਅੰਬਲ ਨੂੰ ਆਤਮਾ ਠਾਕੁਰਦਾਸ ਭਾਰਗਵ ਨੇ ਬੋਲਿਆ ਸੀ ਪ੍ਰੀਅੰਬਲ ਨੂੰ ਸੋਲ ਆਤਮਾ ਠਾਕੁਰਦਾਸ ਭਾਰਗਵ ਨੇ ਬੋਲਿਆ ਪ੍ਰੀਅੰਬਲ ਨੂੰ ਆਈਡੀ ਕਾਰਡ ਐਨ ਏ ਪਾਲਖੀ ਵਾਲਾ ਨੇ ਬੋਲਿਆ ਪ੍ਰੀਅੰਬਲ ਨੂੰ ਰਾਸ਼ੀਫਲ ਕੇ ਐਮ ਮੁਇਸ਼ੀ ਜੀ ਨੇ ਬੋਲਿਆ ਜਿਨ੍ਹਾਂ ਨੇ ਹਜੇ ਤੱਕ ਲੈਕਚਰ ਨੂੰ ਸ਼ੇਅਰ ਨਹੀਂ ਕਰਿਆ ਦੱਬ ਕੇ ਸ਼ੇਅਰ ਕਰ ਦੋ ओके okay, सो so ए ਸਾਰਾ ਪ੍ਰੀਅੰਬਲ ਬਾਰੇ ਇੱਕ ਕੇਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੇਸ਼ਵਾਨੰਦ ਭਾਰਤੀ ਕੇਸ ਮੈਨੂੰ ਐਦਾਂ ਕਿਉਂ ਲੱਗ ਰਿਹਾ ਹੈ ਕੇਸ਼ਵਾਨੰਦ ਭਾਰਤੀ ਕੇਸ ਬਾਰੇ ਤੁਹਾਡੇ ਪੇਪਰ ਦੇ ਵਿੱਚ ਹੁਣ ਪੀਟਰ ਪਲੱਸ ਵੀ ਪਾਏਗਾ 1973 ਦੇ ਵਿੱਚ ਕੇਸ ਆਇਆ ਸੀ ਕੇਸ਼ਵਾਨੰਦ ਭਾਰਤੀ ਇੱਕ 1973 ਦੇ ਚ ਜਿਹੜਾ ਇਹਨਾਂ ਨੇ ਕੇਸ ਕੀਤਾ ਸੀ ਉਹ ਆਪਦੀ ਜ਼ਮੀਨ ਨੂੰ ਲੈ ਕੇ ਕੀਤਾ ਸੀ ਸਿਰਫ ਮਤਲਬ ਉਸ ਟਾਈਮ ਪ੍ਰੋਪਰਟਾਈਟੂ ਪ੍ਰੋਪਰਟੀ ਆਪਣੇ ਕੋਲ ਹੁੰਦਾ ਸੀ ਤਾਂ ਉਹਨੂੰ ਲੈ ਕੇ ਕਰਿਆ ਸੀ ਲੇਕਿਨ ਇਹ ਬਹੁਤ ਜ਼ਿਆਦਾ ਫੇਮਸ ਹੋਇਆ ਨੇ ਬੇਸਿਕ ਸਟਰਕਚਰ ਡਾਕਟ੍ਰਾਈਨ ਦੇ ਉੱਪਰ ਕੇਸ ਕੀਤਾ ਸੀ ਮਤਲਬ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਤਾਂ ਬੜਾ ਹੀ ਇੰਪੋਰਟੈਂਟ ਕੇਸ ਹੈ ਕੇਰਲਾ ਤੋਂ ਬੰਦਾ ਸੀ ਆਪੀਸੀ ਸੈਕਸ਼ਨਸ ਆਉਂਦੇ ਨੇ ਜੋ ਸਬ ਇੰਸਪੈਕਟਰ ਇਗਜ਼ਾਮ ਚ ਕਿੱਥੋਂ ਕਰੀਏ ਕੁਲਵਿੰਦਰ ਮੈਂ ਸਪੈਸ਼ਲ ਸੈਸ਼ਨ ਲੱਖ ਲਾਂਗਾ ਪੇਪਰ ਤੋਂ ਪਹਿਲਾਂ ਠੀਕ ਹੈ ਪੱਕਾ ਰੱਖੂੰਗਾ ਪੱਕਾ ਗਾਰੰਟੀ ਹੈ ਆਪੀਸੀ ਦੇ ਸੈਕਸ਼ਨ ਦਾ ਸਪੈਸ਼ਲ ਸੈਸ਼ਨ ਰੱਖਾਂਗੇ ਇਸ ਵਾਰੀ ਚਲੋ ਫੰਡਾਮੈਂਟਲ ਰਾਈਟਸ ਦੀ ਗੱਲ ਕਰੀਏ ਮੌਲਿਕ ਅਧਿਕਾਰਾਂ ਦੀ ਗੱਲ ਕਰੀਏ ਤਾਂ ਆਪਣੇ ਕਨਸਟੀਟਿਊਸ਼ਨ ਦੇ ਕਿਹੜੇ ਪਾਰਟ ਦੇ ਵਿੱਚ ਨੇ ਸੋ ਫਰਸਟ ਚੈਪਟਰ ਆਪਣੇ ਕੋਲ ਕਿਹੜਾ ਹੈਗਾ ਜਿnde ਵਿੱਚ 1 ਤੋਂ 4 ਆਰਟੀਕਲ ਆਉਂਦੇ ਹੈ ਯੂਨੀਅਨ ਐਂਡ ਇਟਸ ਟੈਰਿਟਰੀ ਦੂਸਰਾ ਆਪਣੇ ਕੋਲ ਹੈਗਾ ਨਾਗਰੀਕਤਾ ਕੀ ਹੈਗਾ ਨਾਗਰੀਕਤਾ ਤੀਸਰਾ ਆਪਣੇ ਕੋਲ ਹੈਗਾ ਮੌਲਿਕ ਅਧਿਕਾਰ ਆਹੀ ਆ ਗਿਆ ਤੀਸਰਾ ਚੈਪਟਰ ਕਿਹੜਾ ਮੌਲਿਕ ਅਧਿਕਾਰ 12 ਤੋਂ 35 ਨੰਬਰ ਆਰਟੀਕਲ ਦੇ ਵਿੱਚ ਆਉਂਦਾ ਆਪਣੇ ਕੋਲ ਮੌਲਿਕ ਅਧਿਕਾਰ ਤਾਂ ਕਿੱਥੋਂ ਲੈ ਸੀ ਆਪਾਂ ਯੂਐਸਏ ਤੋਂ ਜਦੋਂ ਕਨਸਟੀਟਿਊਸ਼ਨ ਬਣਿਆ ਸੀ ਕਿੰਨੇ ਸੀ ਸੱਤ ਸੀ ਤੇ ਬਾਅਦ ਵਿੱਚ ਕੀ ਹੋਇਆ ਇੱਕ ਡਿਲੀਟ ਹੋ ਗਿਆ ਕਿਹੜਾ ਰਾਈਟ ਟੂ ਪ੍ਰੋਪਰਟੀ ਡਿਲੀਟ ਹੋ ਗਿਆ ਕਦੋਂ ਹੋਇਆ 1978 ਵਿੱਚ ਕਿਹੜੀ ਅਮੈਂਡਮੈਂਟ ਸੀ 44 ਪ੍ਰਧਾਨ ਮੰਤਰੀ ਕੌਣ ਸੀ ਮੋਰਾਰਜੀ ਦੇਸਾਈ ਤੇ ਡਿਲੀਟ ਹੋਇਆ ਤੇ ਇਹ ਕਿੱਥੇ ਚਲਾ ਗਿਆ 300A ਦੇ ਵਿੱਚ ਇਹ ਕਿਦਾਂ ਦਾ ਰਾਈਟ ਬਣ ਗਿਆ ਲੀਗਲ ਰਾਈਟ ਬਣ ਗਿਆ ਤਾਂ ਹੁਣ ਆਪਣੇ ਕੋਲ ਕਿੰਨੇ ਨੇ ਟੋਟਲ 6 ਫੰਡਾਮੈਂਟਲ ਰਾਈਟ ਕਿੰਵੇਂ ਚੈਪਟਰ ਚ ਹੈ 3rd ਚੈਪਟਰ ਦੇ ਵਿੱਚ तो सारे सारा कुछ कली, कली चीज़ मेरा यही है भी मैं रिवाइज करवा के छूंगा मस्ट कैटर लई भी तैयारी भी तुम ही करवाओगे प्लीज रिप्लाई अमिता अमित शाह बैच स्टार्ट हो चुक है देर ना करो स्टार्ट हो चुके मंडे तो उनके थोरेटिकल क्लासेस सारे स्टार्ट नहीं ऊपर करो एक ਸਰ ਪਲੀਜ਼ ਲੈਕਚਰਰ ਕਮਰਸ ਦੀ ਤਿਆਰੀ ਆਨਲਾਈਨ ਕਿੱਥੋਂ ਕਰੀਏ ਸਰ ਪਲੀਜ਼ ਦੱਸੋ ਕੁਝ ਹਰਵਿੰਦਰ ਜੀ ਤੁਸੀਂ ਕੋਈ ਵੀ ਕਮਰਸ ਚੈਨਲ ਫੋਲੋ ਕਰ ਲਓ ਮੈਨੂੰ ਕੋਈ ਨੋਲੇਜ ਨਹੀਂ ਹੈ ਇਸ ਬਾਰੇ ਚਾਹੇ ਮੈਂ ਖੁਦ ਬੀ ਕਾਮ ਹਮਕਮ ਕਰੀ ਹੋਈ ਹੈ ਤਾਂ ਮੈਨੂੰ ਜਾਣਦੇ ਨਹੀਂ ਕਮਰਸ ਵਾਲੇ ਬੰਦੇ ਚਲੋ ਜੀ ਅਗਲਾ ਪ੍ਰਸ਼ਨ ਅਗਲਾ ਪ੍ਰਸ਼ਨ ਹੈ ਵਿਚ ਵਾਸ ਦੀ ਫਰਸਟ ਸਟੇਟ ਸਭ ਤੋਂ ਪਹਿਲੀ ਸਟੇਟ ਕਿਹੜੀ ਬਣੀ ਸੀ ਆਪਣੇ ਕੋਲ ਇਨ ਦਾ ਇੰਡੀਅਨ ਟੂ ਬੀ ਫਾਰਮਡ ਐਜ਼ ਅ ਪਿਓਰਲੀ ਲੈਂਗੁਇਸਟਿਕ ਬੇਸ ਭਾਸ਼ਾ ਦੇ ਆਧਾਰ ਤੇ ਅਲੱਗ ਹੋਣ ਵਾਲਾ पहला सर, जी कर, सारे सर बाकी भी करवा देंगे हौसला रखिया करो बस थोड़ा जा हाँ बिल्कुल सीरियल लाके जा सकते हो बिल्कुल जी आंध्र प्रदेश आंध्र प्रदेश सो इंडिया भारत ਭਾਰਤ ਭਾਰਤ ਜਿੰ ਇੰਡੀਆ ਦੇ ਵਿੱਚ ਜਿੰਨੀਆਂ ਵੀ ਸਟੇਟਸ ਹੁਣ ਅਲੱਗ ਹੁੰਦੀਆਂ ਨੇ ਉਹ ਸਾਰੀਆਂ ਟੁੱਟਦੀਆਂ ਨੇ ਤਾਂ ਉਹ ਪਾਸ਼ਾ ਦੇ ਆਧਾਰ ਤੇ ਹੀ ਟੁੱਟਦੀਆਂ ਆ ਆਪਣਾ ਪੰਜਾਬ ਵੀ ਪਾਸ਼ਾ ਦੇ ਆਧਾਰ ਤੇ ਟੁੱਟਿਆ ਸੀ ਸੋ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਦੇਖੀਏ ਤਾਂ ਆ ਇੱਕ ਪ੍ਰਾਂਤ ਹੁੰਦਾ ਸੀ ਬੜਾ ਵੱਡਾ ਸਾਰਾ ਇਹਨੂੰ ਬੋਲਦੇ ਸੀ ਮਦਰਾਸ ਕੀ ਬੋਲਦੇ ਸੀ ਮਦਰਾਸ ਸੋ 1 ਅਕਤੂਬਰ 1st ਆਫ ਅਕਤੂਬਰ 1953 ਜਦੋਂ ਚੰਡੀਗੜ੍ਹ ਬਣਿਆ ਹੁੰਦੇ ਤੋਂ ਹਫਤਾ ਪਹਿਲਾਂ 1 ਅਕਤੂਬਰ 1953 ਨੂੰ ਇੱਕ ਮਦਰਾਸ ਏਰੀਆ ਮਦਰਾਸ ਪ੍ਰਾਂਤ ਜਿਹੜਾ ਸੀ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਇੱਥੇ ਆਪਣੇ ਕੋਲ ਪਹਾੜਸ਼ਾ ਦੇ ਦਾਰਤੇ ਨੀਚੇ ਆਪਣੇ ਕੋਲ ਆ ਗਿਆ ਤਾਮਿਲਨਾਡੂ ਤੇ ਇੱਥੇ ਆਪਣੇ ਕੋਲ ਆ ਗਿਆ ਆਂਧਰਾ ਪ੍ਰਦੇਸ਼ ਤੇ 2 ਜੂਨ 2014 ਜਿਹਨੂੰ ਹੁਣ ਹੁਣ ਆਪਣੇ ਕੋਲ ਕਹਿ ਦਈਏ 9 ਸਾਲ ਹੋ ਗਏ 2 ਜੂਨ 2014 ਨੂੰ ਆ ਵਾਲੀ ਸਟੇਟ ਜਿਹੜੀ ਬਣ ਗਈ ਉਹ ਤੇਲੰਗਾਨਾ ਬਣ ਗਈ ਕਿਹੜੀ ਬਣ ਗਈ ਤੇਲੰਗਾਨਾ ਕਰੰਟ ਅਫੇਅਰ ਦੇ ਵਿੱਚ ਕੁਐਸਚਨ ਹੈ ਤੇਲੰਗਾਨਾ ਦੀ ਇੱਕ ਸਿਟੀ ਹੈ ਉਹਨੂੰ ਵੈਕਸਿਨ ਕੈਪੀਟਲ ਆਫ ਵਰਲਡ ਬੋਲਿਆ ਜਾ ਰਿਹਾ ਕਿਸੇ ਨੂੰ ਪਤਾ ਹੈ ਕਰੰਟ ਅਫੇਅਰ ਤੁਸੀਂ ਪੜ੍ਹਦੇ ਹੋਵੋਗੇ ਥੋੜੇ ਬਹੁਤ ਤੇ ਬਹੁਤ ਵੱਡੀ ਬਹੁਤ ਵੱਡੀ ਨਿਊਜ਼ ਹੈ ਪੂਰੇ ਵਰਲਡ ਦੀ ਪੂਰੇ ਵਰਲਡ ਦੀ ਮੈਡੀਸਿਨਸ ਦਾ ਤੀਸਰਾ ਹਿੱਸਾ ਪੂਰੇ ਵਰਸ਼ਪ ਦੀ ਮੈਡੀਸਿਨ ਦਾ ਤੀਸਰਾ ਹਿੱਸਾ ਤੇਲੰਗਾਨਾ ਦੀ ਇੱਕ ਜਗ੍ਹਾ ਪ੍ਰੋਡਿਊਸ ਕਰੇਗੀ ਉਥੇ ਉਹ ਵਾਲੀ ਉਹ ਵਾਲੀ ਜਗ੍ਹਾ ਦਾ ਨਾਮ ਕੀ ਹੈ ਜਿਹਨੂੰ ਵੈਕਸੀਨ ਕੈਪੀਟਲ ਆਫ ਦੀ ਵਰਲਡ ਬੋਲਣ ਲੱਗੇ ਜਲਦੀ ਜਲਦੀ ਦੱਸੋ ਮ드ਰਾਸ ਤੋਂ ਅਲੱਗ ਹੋਈ ਆਂਧਰਾ ਪ੍ਰਦੇਸ਼ ਬਿਲਕੁਲ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਈ ਤੇਲੰਗਾਨਾ ਸੋ ਆ ਤੇਲੰਗਾਨਾ ਮੈਨੂੰ ਜਲਦੀ ਦੱਸੋ ਤੇਲੰਗਾਨਾ ਦੀ ਕਿਹੜੀ ਸਿਟੀ ਨੂੰ ਵੈਕਸੀਨ ਕੈਪੀਟਲ ਆਫ ਦੀ ਵਰਲਡ ਬੋਲਾ ਜਾ ਰਿਹਾ ਹੈ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਕਰੋ ਯਾਰ ਸੈਸ਼ਨ ਨੂੰ ਤੁਸੀਂ ਅਜੇ ਸ਼ੇਅਰ ਨਹੀਂ ਕਰਿਆ ਸੰ ਸੋ ਆਸੀ ਕਿੱਥੋਂ ਹੋਇਆ ਕਿੱਥੇ ਹੋਇਆ ਸੀ ਦਿੱਲੀ ਵਿੱਚ ਹੋਰ ਕਿੱਥੇ ਹੋਣਾ ਕਿ ਜਿਸ ਤਰੀਕੇ ਨਾਲ ਪੁੱਛ ਰਹੇ ਹੋ ਹైదరాబాద్ ਵੈਰੀ ਗੁੱਡ ਸੋ ਹైదరాబాద్ ਆਪਣੇ ਕੋਲ ਸਿਟੀ ਜਿਹੜੀ ਹੈ ਜਿਹੜੀ ਇਹਦੀ ਕੈਪੀਟਲ ਹੈ ਰਾਜਧਾਨੀ ਅਸਲ ਤੇਲੰਗਾਨਾ ਦੀ ਰਾਜਧਾਨੀ ਜਿਹੜੀ ਹైదరాబాద్ ਆ ਪੂਰੀ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਨਹੀਂ ਹੁੰਦੀ ਸੀ ਆਂਧਰਾ ਪ੍ਰਦੇਸ਼ ਅਲੱਗ ਹੋ ਗਿਆ ਆਂਧਰਾ ਪ੍ਰਦੇਸ਼ ਨੇ ਆਪਣੀ ਰਾਜਧਾਨੀ ਬਦਲ ਦਿੱਤੀ ਅਮਰਾਵਤੀ ਮੈਨੂੰ ਇਹ ਦੱਸੋ ਕੀ ਅੱਜ ਦੇ ਟਾਈਮ ਤੇ ਅਮਰਾਵਤੀ ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੈ ਜਾਂ ਨਹੀਂ ਸੋ ਆਪਣੀ ਆਂਧਰਾ ਪ੍ਰਦੇਸ਼ ਦੀ ਕੈਪੀਟਲ ਕਿਹੜੀ ਹੈ ਇਹਦੇ ਵੀ ਦੱਸੋ ਆਹੀ ਹੈ ਅਮਰਾਵਤੀ ਜਾਂ ਹਜੇ ਵੀ ਹైదరాబాద్ ਚੱਲ ਰਹੀ ਹੈ ਜਾਂ ਕੋਈ ਨਵੀਂ ਆ ਗਈ ਜਲਦੀ 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 ਹਾਂ ਹైదరాబాద్ ਹੈੱਡ ਕੁਆਰਟਰ ਵੀ ਹੈ ਉੱਥੇ ਤੁਹਾਡੇ ਨਾਲ ਗੱਲ ਕਰਨੀ ਸੀ ਸ਼ਡਿਊਲ ਬਣਵਾਉਣਾ ਸੀ ਐਗਜ਼ਾਮ ਦਾ ਲਾਡੀ ਕੰਬੋਜ ਗੱਲ ਹੋ ਜਾਏਗੀ ਤੁਸੀਂ ਨਾ ਸ਼ਾਮ ਨੂੰ ਅੱਜ ਤੋਂ ਬਾਅਦ ਤੁਸੀਂ ਗੱਲ ਕਰਿਆ ਕਰੇ 6:30 6:30 ਵਜੇ ਜੇ ਉਹਨਾਂ ਨੂੰ ਕਿਹਾ ਜੇ ਮੈਂ ਨਾ ਅਵੇਲੇਬਲ ਹੋਣ ਕਹਿੰਦਾ ਕਾਨਫਰੈਂਸ ਲਗਾ ਦਿਓ ਸਰ ਨਹੀਂ ਕਿਹਾ ਸੀ 6:00 ਵਜੇ ਵੈਰੀ ਗੁੱਡ ਸੋ ਹੁਣ ਬਣ ਗਈ ਆਪਣੇ ਕੋਲ ਵਿਸ਼ਾਖਾ ਪੜਨ ਪੜੇ ਲਿਖੇ ਹੋ ਯਾਰ ਸਾਰੇ ਦੇ ਸਾਰੇ ਫੁੱਲ ਨੋਲੇਜ ਹੈ ਤੁਹਾਨੂੰ ਚੰਗੀ ਨੋਲੇਜ ਹੈ ਪੇਪਰ ਕਰੈਕ ਕਰਕੇ ਰੋਗੇ ਤੁਸੀਂ ਇਸ ਸਾਲ ਚਲੋ ਅਗਿਆ ਦਾ ਯੂਨੀਅਨ ਟੈਰੀਟਰੀ ਆਫ ਅੰਡੇਮਾਨ ਨਿਕੋਬਾਰ ਆਈਲੈਂਡ ਇਜ਼ ਅੰਡਰ ਦਾ ਜਰਡਿਕਸ਼ਨ ਆਫ ਵਿਚ ਹਾਈ ਕੋਰਟ ਦੇਖੋ ਨਾ ਅੰਡੇਮਾਨ ਨਿਕੋਬਾਰ ਦੀ ਆਬਦੀ ਦਾ ਹਾਈ ਕੋਰਟ ਹੈ ਨਹੀਂ ਉਹ ਬਣੀ ਹੋਈ ਰੱਬ ਦੀ ਜੜਾਂ ਦੇ ਵਿੱਚ ਅੰਡੇਮਾਨ ਨਿਕੋਬਾਰ ਕਿੱਥੇ ਬਣਿਆ ਹੋਇਆ ਹੈ ਰੱਬ ਦੀ ਜੜਾਂ ਕਿੱਥੇ ਨੇ ਆ ਰੀਆਂ ਹਣਾ ਸੋ ਇੱਥੇ ਬਣਿਆ ਹੋਇਆ ਅੰਡੇਮਾਨ ਤੇ ਇਹ ਹੈਗਾ ਨਿਕੋਬਾਰ ਐਂਦੀ ਜਿਹੜੀ ਰਾਜ ਆਪਣੇ ਕੋਲ ਰਾਜਧਾਨੀ ਕਹ ਰਹੇ ਆ ਸੌਰੀ ਐਂਦੀ ਜਿਹੜੀ ਕੋਟ ਹੈ ਉਹ ਕੋਟ ਕਿੰਦੇ ਅੰਡਰ ਆਂਦੀ ਹੈ ਕਿਹੜੀ ਜੂਡਿਕਸ਼ਨ ਦੇ ਅੰਡਰ ਪਹਿਲੀ ਆਪਸ਼ਨ ਤੁਹਾਡੇ ਕੋਲ ਹੈ 오ਡੀਸਾ ਆਂਧਰਾ ਪ੍ਰਦੇਸ਼ ਕੋਲਕੱਤਾ ਮਦਰਾਸ 오ਡੀਸਾ ਇੱਥੇ ਹੈ ਆਂਧਰਾ ਪ੍ਰਦੇਸ਼ ਇੱਥੇ ਹੈ ਕੋਲਕੱਤਾ ਇੱਥੇ ਹੈ ਤੇ ਮਦਰਾਸ ਆਪਣੇ ਕੋਲ ਆਏ ਦੱਸੋ ਜੀ ਆ ਚਾਰੋ ਏਰੀਆਜ਼ ਵਿੱਚ ਕਿੱਥੋਂ ਆਂਦੀ ਹੈ ਪੰਜਾਬ ਪੁਲਿਸ ਦੀ ਥਿਊਰੀ ਦਾ ਪਹਿਲਾਂ ਹੀ ਕਰਵਾਤੀ ਪੋਲੀਟੀ ਦੀ ਐਨੀ ਥਿਊਰੀ ਕਰਵਾਤੀ YouTube ਦੇ ਉੱਪਰ ਹੈ ਕਮਾਲ ਕਰਤੇ ਭੰਡੇ ਜੀ ਸੀਪਰ ਕੈਟ ਬੋਲੇ ਜਾ ਰਹੇ ਹੈ ਕਦਸੇ ਕਲਕੱਤਾ 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 ਵੈਰੀ ਗੁੱਡ ਸੋ ਆਂਧਰਾ ਆਪਣੇ ਅੰਡੇਮਾਨ ਨਿਕੋਬਾਰ ਦੀ ਇੱਥੇ ਉੱਪਰ ਕਿਹੜੀ ਹੈਗੀ ਹੈ ਇੱਥੇ ਕਲਕੱਤਾ ਹੈਗੀ ਹੈ ਜੇ ਤੁਹਾਨੂੰ ਲਕਸ਼ਦੀਪ ਦੀ ਪੁੱਛ ਲੈਂਦਾ ਇੱਥੇ ਕੇਰਲਾ ਹੈਗੀ ਹੈ ਜਿਹਦੇ ਇੱਥੇ ਗੋਆ ਵਾਲੀ ਪੁੱਛ ਲੈਂਦਾ ਇੱਥੇ ਮੁੰਬਈ ਦੇ ਵਿੱਚ ਹੈਗੀ ਹੈ ਇਹਦੇ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਪੁੱਛ ਲੈਂਦਾ ਚੰਡੀਗੜ੍ਹ ਦੇ ਵਿੱਚ ਹੈਗੀ ਹੈ ਸੋ ਕਾਫੀ ਕੈਪੀਟਲ ਜਿਹੜੀਆਂ ਨੇ ਉਹ ਸਾਰੀ ਦੀ ਸਾਰੀਆਂ ਮਤਲਬ ਜੁਡੀਕਸ਼ਨ ਜਿਹੜੀਆਂ ਹਾਈ ਕੋਰਟ ਨੇ ਉਹ ਇਕੱਠੀਆਂ ਨੇ ਤਾਂ ਟੋਟਲ ਹਾਈ ਕੋਰਟਸ ਆਪਣੇ ਕੋਲ ਕਿੰਨੀਆਂ ਨੇ ਟੋਟਲ ਹਾਈ ਕੋਰਟ ਕਿੰਨੀਆਂ ਨੇ ਉਹ 25 ਹਾਈ ਕੋਰਟ ਹੈ ਤੇ ਜਿਹੜੀ 25th ਲਾਸਟ ਬਣੀ ਸੀ ਉਹ ਬਣੀ ਸੀ ਆਂਧਰਾ ਪ੍ਰਦੇਸ਼ ਨੇ ਬਣਾਈ ਸੀ ਵਿਸ਼ਾਖਾਪਟਨ ਵਿੱਚ ਨਹੀਂ ਬਣਾਈ ਇਹ ਯਾਦ ਰੱਖਣਾ ਕਿੱਥੇ ਬਣਾਈ ਸੀ ਅਮਰਾਵਤੀ ਦੇ ਵਿੱਚ ਜਿਨ੍ਹਾਂ ਨੂੰ ਪੀਡੀਐਫ ਚਾਹੀਦੀ ਹੈ ਮੈਂ ਪੀਡੀਐਫ ਸ਼ੇਅਰ ਕਰਤੀ ਆਪਣੇ ਟੈਲੀਗ੍ਰam ਚੈਨਲ ਦੇ ਜੀਐਸਵੀ ਦੇ ਅੰਕੂਸ਼ ਸਰ ਜੁੜੋ ਤੇ ਇੱਥੋਂ ਤੁਹਾਨੂੰ ਪੀਡੀਐਫ ਮਿਲ ਜੇਗੀ ਜਿਨ੍ਹਾਂ ਨੂੰ ਪੂਰੇ ਦਾ ਪੂਰਾ ਬੈਚ ਨਵਾਂ ਚਾਹੀਦਾ ਸੋ ਪੂਰਾ ਬੈਚ ਵੀ ਨਵਾਂ ਮਿਲ ਜੇਗਾ ਉਹ ਬੈਚ ਆਪਣੇ ਕੋਲ ਕਦੋਂ ਸਟਾਰਟ ਹੋ ਰਿਹਾ ਹੈ ਉਹ ਸਟਾਰਟ ਹੋ ਚੁੱਕਿਆ ਹੈ ਕਦੋਂ 5 ਜੂਨ ਤੋਂ ਸਟਾਰਟ ਹੋ ਚੁੱਕਿਆ ਹੈ ਸਰ ਇਹਦੇ ਵਿੱਚ ਕੀ ਮਿਲੇਗਾ ਇਹਦੇ ਵਿੱਚ ਸਾਰੇ ਰਿਕਾਰਡਡ ਲੈਕਚਰ ਤੁਹਾਨੂੰ ਪਹਿਲਾਂ ਹੀ ਮਿਲ ਜਣਗੇ ਏਐਸ ਵਰ ਨਵੀਂ ਫੈਸਿਲਿਟੀ ਐਡ ਕਰ ਦਿੱਤੀ ਗਈ ਹੈ ਤੇ ਤੁਸੀਂ ਉਹਦੇ ਤੋਂ ਬਾਅਦ 쿠ਪਨ ਕੋਡ ਲਗਾਓਗੇ ਤਾਂ ਮਿਲੇਗਾ 쿠ਪਨ ਕੋਡ ਕਿਡਾ ਲਗਾਣਾ ਹੈ ਅਰੋੜਾ ਬੜਾ ਹੀ ਤੁਹਾਨੂੰ ਨੋਮੀਨਲ ਚਾਰਜਿਸ ਆਪਾਂ ਸਾਰਾ ਬੈਚ ਮਿਲ ਜੇਗਾ ਲਾਈਵ ਪਲੱਸ ਰਿਕਾਰਡਡ ਦੋਨੋਂ ਮਿਲ ਜਾਣਗੇ ਦੋਨੋਂ ਚੀਜ਼ਾਂ ਅੱਗੇ ਚਲਦੇ ਹਾਂ ਹਾਈ ਕੋਰਟਸ ਤੋਂ ਅਗਲਾ ਕੁਐਸਚਨ ਕਹਿੰਦਾ ਸਤਿਅਮੇਵ ਜਯਤੇ ਸਤਿਅਮੇਵ ਜਯਤੇ ਇਜ਼ ਦਾ ਨੈਸ਼ਨਲ ਮੋਟੋ ਮੋਟੋ ਕਿ ਤੁਸੀਂ ਕਿਸੇ ਨੂੰ ਮੋਟੋ ਮੋਟੋ ਕਹਿੰਦੇ ਹੋਣੇ ਉਹ ਹਨਾ ਫੋਨ ਤੇ ਉਹ ਵਾਲਾ ਮੋਟੋ ਨਹੀਂ ਹੈਗੀ ਸੋ ਨੈਸ਼ਨਲ ਜਿਹੜਾ ਸਤਿਅਮੇਵ ਜਯਤੇ ਹੈਗਾ ਇਹ ਆਪਣਾ ਨੈਸ਼ਨਲ ਮੋਟੋ ਹੈਗਾ ਇਹਨੂੰ ਮੋਟੋ ਬੋਲਿਆ ਜਾਂਦਾ ਹੈ ਜਿਹੜਾ ਆਪਣਾ ਐਮਬਲਮ ਹੈ ਇੰਡੀਆ ਦਾ ਐਮਬਲਮ ਕਹਿੰਦਾ ਸਰ ਤੁਹਾਡੇ ਕਰਕੇ ਮੇਰੀ ਪੋਲੀਟੀ ਸਟਰੋਂਗ ਹੋਈ ਥੈਂਕ ਯੂ ਸ 6 ਵਜੇ ਕਲਾਸ ਹੁੰਦੀ ਹੈ கரنٹ ਅਫੇਅਰਾਂ கரنٹ ਅਫੇਅਰ ਦੀ ਕਲਾਸ ਸਰੇ ਸਰੇ ਹੁੰਦੀ ਹੈ ਤੜਕੇ ਤੜਕੇ ਤੜਕਾ ਲਾਨ ਲੱਗੇ ਆ ਸਰ ਸੋ ਬਿਲਕੁਲ ਜੀ ਸਭ ਤੋਂ ਵੱਡੀ ਹਾਈ ਕੋਰਟ ਅਲਾਹਾਬਾਦ ਸੱਤੇ ਮੇ ਜੈਤੇ ਜਿਹੜਾ ਆਪਣੇ ਕੋਲ ਨੈਸ਼ਨਲ ਮੋਟੋ ਹੈਗਾ ਇੰਡੀਆ ਦਾ ਇਹ ਕਿਹੜੇ ਉਪਨਿਸ਼ਦ ਤੋਂ ਲਿਆ ਹੈ ਪੁਰਾਣੇ ਭਲੇ-ਵੇਲਿਆਂ ਵਿੱਚ ਨਾ ਟੋਟਲ ਉਪਨਿਸ਼ਦ ਹੈਗੇ ਸੀ 108 ਉਹ ਤੁਹਾਡੇ ਦਾਦੇ-ਪਰਦਾਦੇਆਂ ਦੇ ਵੀ ਦਾਦੇ-ਪਰਦਾਦੇਆਂ ਦੇ ਟਾਈਮ ਤੇ ਜਦੋਂ ਰਿਗਵੇਦ ਯਜੁਰਵੇਦ ਸਾਮਵੇਦ ਚਲਦੇ ਸੀ ਉਸ ਟਾਈਮ ਦੇ 108 ਉਪਨਿਸ਼ਦ ਸੀ ਉਹ 108 ਉਪਨਿਸ਼ਦ ਦੇ ਵਿੱਚੋਂ ਵੈਰੀ ਗੁੱਡ ਜਿਹੜਾ ਮੁੰਡਕਾ ਉਪਨਿਸ਼ਦ ਸੀ ਕੀ ਹੈ ਮੁੰਡਕਾ ਉਪਨਿਸ਼ਦ ਸਰ ਸਾਨੂੰ ਕਦੇ ਯਾਦ ਨਹੀਂ ਹੁੰਦੀਆਂ ਐਂ ਜਿਹੜੀਆਂ ਗੱਲਾਂ ਸੋਹਣੇ-ਸੋਹਣੇ ਵਰਡ ਤੁਸੀਂ ਦੱਸ ਦਿੰਦੇ ਹੋ ਕਿਵੇਂ-ਕਿਵੇਂ ਯਾਦ ਕਰੀਏ ਤਾਂ ਇੱਥੇ ਮੁੰਡਕਾ ਉਪਨਿਸ਼ਦ ਤੋਂ ਆਪਾਂ ਇੱਕ ਸ਼ਬਦ ਲਿਆ ਕਿ ਲਿਆ ਸਤਿਅਮੇਵ ਜਯਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਜਿਹੜੇ ਤੁਸੀਂ ਝੂਠ ਮਾਰਦੇ ਰਹਿੰਦੇ ਹੋ ਕਦੇ ਨਾ ਕਦੇ ਫੜੇ ਜਾਂਦੇ ਹੋ ਗਾਣਾ ਸੁਣਿਆ ਹੋਊਗਾ ਸਭ ਫੜੇ ਜਾਣਗੇ ਹਨਾ ਸੋ ਸਾਰੇ ਫੜੇ ਜਾਂਦੇ ਸਾਰੇ ਫੜੇ ਜਾਣਗੇ ਹੱਥੀ ਕਿਸੇ ਨੇ ਨਹੀਂ ਆਣਾ ਬਸ ਕਹਿੰਦੇ ਸਤਿਆ ਮੇ ਬਜਾਈ ਤੇ ਅੱਛਾ ਜਿਹੜੇ ਮੁੰਡੇ ਹੁੰਦੇ ਆ ਹਨਾ ਸਿਆਣੇ ਸਿਆਣੇ ਮੇਰੇ ਵਰਗੇ ਸੋ ਮੁੰਡੇ ਹਮੇਸ਼ਾ ਕੀ ਬੋਲਦੇ ਨੇ ਸੱਚ ਬੋਲਦੇ ਨੇ ਸత్యੇ ਕੀ ਹਮੇਸ਼ਾ ਜੀਤ ਹੁੰਦੀ ਹੈ ਮੁੰਡੇ ਹਮੇਸ਼ਾ ਸੱਚ ਬੋਲਦੇ ਆ ਤੁਹਾਡੇ ਵਾਲੇ ਨਹੀਂ ਪਤਾ ਹੁਣ ਸੱਚ ਬੋਲਦੇ ਕਿ ਨਹੀਂ ਬੋਲਦੇ ਮੈਂ ਤਾਂ ਸੱਚ ਹੀ ਬੋਲ ਰਿਹਾ ਸੋ ਮੁੰਡਕਾ ਉਪਨਿਸ਼ਦ ਜਿਹੜਾ ਹੈਗਾ ਉਹ ਆਪਣੇ ਕੋਲ ਕਿੱਥੋਂ ਮੁੰਡਕਾ ਉਪਨਿਸ਼ਦ ਤੋਂ ਆਪਾਂ ਕਿਹੜਾ ਵਰਡ ਲਿਆ ਸਤਿਅਮੇਵ ਜੈਤੇ ਜਿਹੜਾ ਆਪਣਾ ਆਪਣਾ ਲਾਈਨ ਕੈਪੀਟਲ ਆਫ ਸਾਰਨਾਥਨ ਆਪਣਾ ਨੈਸ਼ਨਲ ਚਿੰਨ੍ਹ ਸ਼ੇਰਾਂ ਵਾਲਾ ਦੇਖਿਆ ਹੋਏਗਾ ਉਹ ਸ਼ੇਰਾਂ ਵਾਲੇ ਦੇ ਥੱਲੇ ਲਿਖਿਆ ਹੋਇਆ ਇੱਥੇ ਸਤਿਅਮੇਵ ਜੈਤੇ ਸੋ ਕਿੱਥੋਂ ਲਿਆ ਮੁੰਡਕਾ ਉਪਨਿਸ਼ਦ ਸੀ অপਸ਼ਨ ਬਿਲਕੁਲ ਸਹੀ ਰਹੇਗੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਅਗਲਾ ਪ੍ਰਸ਼ਨ ਦਾ ਮਿਨੀ ਇੱਕ ਭਾਰਤ ਦੇ ਨਾਗਰਿਕ ਨੇ ਲੋਕ ਸਭਾ ਦਾ ਮੈਂਬਰ ਬਣਨਾ ਹੈ। ਦਿੱਲੀ ਤੇ ਨਵੀਂ ਦਿੱਲੀ ਵਿੱਚ ਕੀ ਫਰਕ ਹੈ? ਨਾਮ ਚੇਂਜ ਕਰਤਾ ਹੁੰਦੇ ਹੋਰ ਕੀ ਹੈ? ਮੁੰਡੇ ਉਹ ਵੀ ਸੱਚ ਬੋਲਦੇ। ਹਾਂ ਕਹਿੰਦਾ ਮੁੰਡੇ ਉਹ ਵੀ ਸੱਚ। ਆਹੋ ਕੋਰ ਸੋਖੇ ਹੁਣ ਕੁੜੀਆਂ ਸੱਚ ਬੋਲਦੀਆਂ। ਕਹਿੰਦਾ ਗੱਪੀ ਹੁੰਦੇ ਆ। ਉਹ ਮੈਂ ਕਹਿੰਦਾ ਕੱਲੀ-ਕੱਲੀ ਕੁੜੀ ਦਾ ਹਾਸਾ ਨਿਕਲਿਆ ਇੱਥੇ ਵੀ ਇਸ ਗੱਲ ਤੇ ਵੀ ਮੁੰਡੇ ਸੱਚ ਬੋਲਦੇ ਆ। ਚਲੋ ਜੀ 25 ਸਾਲ ਤਾਂ ਇੱਥੇ ਸੁਣਨਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਬੰਨਣਾ ਚਾਹੁੰਦੇ ਹੋ ਤੁਸੀਂ ਵਾਈਸ ਪ੍ਰੈਜ਼ੀਡੈਂਟ ਬੰਨਣਾ ਚਾਹੁੰਦੇ ਹੋ ਉਪ ਰਾਸ਼ਟਰਪਤੀ ਬੰਨਣਾ ਚਾਹੁੰਦੇ ਹੋ ਗਵਰਨਰ ਬੰਨਣਾ ਚਾਹੁੰਦੇ ਹੋ 35 ਸਾਲ ਉਮਰ ਤੁਹਾਡੀ ਚਾਹੀਦੀ ਹੈ ਤੁਸੀਂ 35 ਸਾਲ ਦੇ ਹੋ ਜੋ ਬਣ ਜਾਓਗੇ ਜੇ ਤੁਸੀਂ ਬੰਨਣਾ ਹੈ ਰਾਜ ਸਭਾ ਦਾ ਮੈਂਬਰ ਬੰਨਣਾ ਹੈ ਜਾਂ ਫਿਰ ਵਿਧਾਨ ਪਰਿਸ਼ਦ ਦਾ ਮੈਂਬਰ ਬੰਨਣਾ ਹੈ ਤਾਂ ਚੁੱਪਚਾਪ ਕਰਕੇ ਥੋੜੇ ਜੀ ਘੱਟ ਬੁੱਢੇ ਚਾਹੀਦੇ ਹੋ 30 ਸਾਲ ਦੇ ਹੋ ਜੋ ਬਣ ਜਾਓਗੇ ਜੇ ਤੁਸੀਂ ਬਣਨਾ ਚਾਹੁੰਦੇ ਹੋ ਲੋਕ ਸਭਾ ਦਾ ਮੈਂਬਰ ਜਾਂ ਫਿਰ ਆਪਣੀ ਸਟੇਟ ਦੇ ਵਿਧਾਨ ਸਭਾ ਦਾ ਮੈਂਬਰ ਜਾਂ ਤੁਸੀਂ ਬਣਨਾ ਚਾਹੁੰਦੇ ਹੋ ਪ੍ਰਧਾਨ ਮੰਤਰੀ ਜਾਂ ਬਣਨਾ ਚਾਹੁੰਦੇ ਹੋ ਮੁੱਖ ਮੰਤਰੀ ਤਾਂ ਤੁਹਾਨੂੰ 25 ਸਾਲ ਉਮਰ ਚਾਹੀਦੀ ਹੈ 25 ਸਾਲ ਦੇ ਤੁਸੀਂ ਹੋ ਜੋ ਪ੍ਰਧਾਨ ਮੰਤਰੀ ਬਣ ਜਾਓਗੇ ਕਈ ਤਾਂ ਹੋ ਚੁੱਕੇ ਨੇ 45 45 ਵਾਲੇ ਤਾਂ ਮੇਰੇ ਵਰਗੇ ਤਾਂ ਮੈਂ ਤਾਂ ਸਿੰਧੂ ਘਾਟੀ ਸਭੇਤਾ ਦਾ ਹੈਗਾ ਮੇਰ ਦਾ 470 ਸਾਲ ਉਮਰ ਹੋ ਚੁੱਕੀ ਹੈ ਕੁੜੀਆਂ ਬਿਲਕੁਲ ਝੂਠ ਬੋਲਦੀਆਂ ਜੀ ਹੁਣ ਅਭਿਸ਼ੇਕ ਪਰੋਚਾ ਜੀ ਨੇ ਕਿਹਾ ਤਾਂ ਜੀ ਗੱਲ ਹੀ ਹਾਸੇ ਵਾਲੀ ਸੀ ਕੋਰਸ ਉਹ ਕਹਿੰਦੇ ਮੁੰਡਿਆ ਦਾ ਸੱਚ ਮੇਰਾ ਤੇਰੇ ਬਿਨ ਕੋਈ ਨਹੀਂ ਲੱਡੀ ਕੰਬੋ ਜੀ ਜੀ ਨੇ ਪਤਾ ਨਹੀਂ ਕਿੰਨੇ ਕੁ ਜਨਾਂ ਕੋਲ ਇਹ ਸੁਣ ਲਿਆ ਵੀ ਮੁੰਡਿਆ ਦਾ ਇਹ ਸੱਚ ਹੁੰਦਾ ਵੀ ਮੇਰਾ ਤੇਰੇ ਸਿਵਾ ਕੋਈ ਨਹੀਂ ਠੀਕ ਹੈ ਜੀ ਮਤਲਬ ਮੁੰਡੇ ਹਰ ਪਾਸੇ ਹੀ ਬੋਲਦੇ ਨਹੀਂ ਨਾ ਦੇਖੋ ਮੇਰੇ ਕੋਲ ਬੈਠੇ ਕਹਿੰਦੇ ਨਹੀਂ ਸਰ ਐਦਾਂ ਦੀ ਕੋਈ ਗੱਲ ਹੁੰਦੀ ਨਹੀਂ ਮੁੰਡੇ ਦਾ ਉਹੀ ਬਦਨਾਮ ਕਰ ਰੱਖਿਆ ਹਾਂ ਐਵੇਂ ਸਹੀ ਗੱਲ ਵੀ ਨਾ ਮਤਲਬ ਬਦਨਾਮ ਕਰ ਰੱਖਿਆ ਐਥੋਂ ਪ੍ਰੂਫ ਹੁੰਦਾ ਦੇਖੋ ਐਥੋਂ ਪ੍ਰੂਫ ਹੁੰਦਾ ਪ੍ਰੂਫ ਕੀ ਹੁੰਦਾ ਸੱਤਿਆ ਕੌਣ ਬੋਲਦੇ ਨੇ ਸੱਤਿਆ ਕੌਣ ਬੋਲਦੇ ਨੇ ਮੁੰਡੇ ਬੋਲਦੇ ਨੇ ਮੁੰਡਾ ਕੀ ਬੋਲ ਰਿਹਾ ਸੱਚ ਬੋਲ ਰਿਹਾ ਐਥੋਂ ਪ੍ਰੂਫ ਹੋ ਗਿਆ ਦੇਖੋ ਮੁੰਡੇ ਸੱਚੇ ਬੋਲਦੇ ਨੇ ਚਲੋ ਅੱਗੇ ਆਪਣੇ ਕੋਲ ਹੈਗਾ ਡਾਈਟ ਇਸ ਦਾ ਪਾਰਲੀਮੈਂਟ ਆਫ ਉਹ ਹੋ ਸਰ ਆ ਕੀ ਹੋ ਗਿਆ ਸਰ ਪਾਰਲੀਮੈਂਟ ਸੰਸਦ ਦੇ ਅਡਡ ਦੇਸ਼ਾਂ ਦੇ ਵਿੱਚ ਅਡਡ ਨਾਮ ਨੇ ਸੰਸਦ ਦੇ ਅਡਡ ਦੇਸ਼ਾਂ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਸਟੈਟਿਕ ਜੀਕੇ ਦੇ ਹੋ ਸਕਦੇ ਆ ਦੇਖੋ ਸੁਖਪ੍ਰੀਤ ਇੱਕ ਨਾ ਮੈਂ ਪੇਪਰ ਦਿੱਤਾ ਸੀ ਭੱਲੇ ਬਿਲੇ ਅੱਜ ਤੋਂ 4 ਕੁ ਸਾਲ ਪਹਿਲਾਂ ਤਾਂ ਉਹ ਪੇਪਰ ਦੇ ਵਿੱਚ ਜਾਣ ਦੇ ਟਾਈਮ ਤੇ ਨਾ ਮੈਂ ਸੋਚਿਆ ਸੀ ਮੈਂ ਕਿਹਾ ਯਾਰ ਸਟੱਡੀ ਟੋਪਿਕ ਸਟੱਡੀ ਦਾ ਮੈਂ ਕਰਾਟੇ ਕੇ ਜਾਊਂਗਾ ਤੇ ਮੈਂ ਤੁਹਾਨੂੰ ਦੱਸਾਂ ਜੈ ਜੈ ਜਿਆਦਾ ਨਹੀਂ ਮੈਂ 72 ਟੋਪਿਕ ਰਟ ਕੇ ਗਿਆ ਸੀ ਤੇ ਮੈਨੂੰ ਅੱਜ ਵੀ ਰਟੇ ਹੋਏ ਆ ਮੇਰੀ ਕਾਪੀ ਤੇ 72 ਟੋਪਿਕ ਸਟੈਟਿਕ ਦੇ ਲਿਖੇ ਹੋਏ ਆ ਨੈਸ਼ਨਲ ਪਾਰਕ ਵਰਲਡ ਸੈਂਚਰੀ ਆ ਕਿਹੜੇ ਦੇਸ਼ ਦੀ ਸੰਸਦ ਨੂੰ ਕੀ ਕੀ ਬੋਲਿਆ ਜਾਂਦਾ ਮੈਂ ਬੰਗਲਾਦੇਸ਼ ਦੇ ਜਾਂ ਫਿਰ ਆਪਣੇ ਜਿਹੜੇ ਪਾਕਿਸਤਾਨ ਹੁੰਦਾ ਫਲੈਗ ਦੀ ਉਹਨਾਂ ਦੇ ਫਲੈਗ ਦੀ ਰੇਸ਼ੋ ਤੱਕ ਪੜ ਕੇ ਗਿਆ ਸੀ ਮਤਲਬ ਇਹ ਜਿਹੇ ਜਿਹੇ ਟੋਪਿਕ ਪੜ੍ਹ ਗਿਆ ਸੀ 72 ਟੋਪਿਕ ਆਪਣੇ ਇੰਡੀਆ ਦੇ ਡਾਂਸ ਹੋ ਗਏ ਲੈਂਗੁਏਜਸ ਹੋ ਗਈਆਂ ਇਹ ਉਹ ਸਾਰੇ 72 ਦੇ 72 ਟੋਪਿਕ ਤੇ ਕੁਐਸਚਨ ਤਾਂ ਕਿੰਨਾ ਆਇਆ ਸੀ ਸਿਰਫ ਇੱਕ ਇੱਕ ਕੁਐਸਚਨ ਆਇਆ ਸੀ ਸੋ ਸਟੈਟ ਠੀਕ ਹੈ ਬਿਲਕੁਲ ਡਾਈਟ ਦੀ ਜਾਂ ਡਾਈਟ ਬੋਲਿਆ ਜਾਂਦਾ ਜਾਪਾਨ ਦੀ ਪਾਰਲੀਮੈਂਟ ਦੇਖੋ ਜਾਪਾਨ ਦੇ ਲੋਕ ਪਾਨ ਖਾਂਦੇ ਆ ਜਾਪਾਨ ਦੇ ਲੋਕ ਪਾਨ ਖਾਂਦੇ ਆ ਤੇ ਜਿਹੜੇ ਪਾਨ ਖਾਂਦੇ ਨੇ ਉਹਨਾਂ ਦੀ ਡਾਈਟ ਚੰਗੀ ਹੁੰਦੀ ਹੈ ਠੀਕ ਹੈ ਤਾਂ ਦੇਖੋ ਤੁਸੀਂ ਸੋਚੋ ਕਿਵੇਂ yaad ਕੀਤੇ ਮੈਂ ਐਦਾਂ yaad ਕੀਤੇ ਹੋਇਆ ਜਾਪਾਨ ਦੀ ਸੰਸਦ ਨੂੰ ਆਪਾਂ ਬੋਲਦੇ ਆ ਡਾਈਟ ਕੋਈ ਗੱਲ ਨਹੀਂ ਬਲਜੀਤ ਸਿੰਘ ਚਲੋ ਅਗਲੇ ਕੁਐਸਚਨ ਤੇ ਚੱਲਦੇ ਆ ਨੈਕਸਟ ਕੁਐਸਚਨ ਹੈ ਦ ਰੇਸ਼ੀਓ ਆਫ ਦ ਵਿਡਥ ਆਫ ਆਰ ਨੈਸ਼ਨਲ ਫਲੈਗ ਟੂ ਇਸ ਲੈਂਥ ਇਸ ਰੇਸ਼ੀਓ ਦੱਸੋ ਅਨੁਪਾਤ ਦੱਸੋ ਕਿੰਨਾ ਹੈਗਾ ਮੈਂ E ਆਪਸ਼ਨ ਨਾਲ ਐਡ ਕਰਨ ਜਾ ਰਿਹਾ ਇੱਥੇ 3:2 E ਆਪਸ਼ਨ ਐਡ ਕਰਨ ਜਾ ਰਿਹਾ 3:2 ਜਲਦੀ ਜਲਦੀ ਆਪਣੇ ਝੰਡੇ ਦਾ ਅਨੁਪਾਤ ਕੀ ਹੈਗਾ ਜਲਦੀ 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 ਦੱਸੋ ਸਰ ਦੇਖ ਲਓ ਸਾਡੇ ਕਨਸਟੀਟਿਊਸ਼ਨ ਵਿੱਚ ਮੈਂਸ਼ਨ ਹੈ ਕੀ ਮੈਂਸ਼ਨ ਹੈ ਹਾਂ ਬਿਲਕੁਲ ਮੈਂਸ਼ਨ ਹੈ ਵੀ ਮੁੰਡੇ ਸੱਚ ਬੋਲਦੇ ਆ ਕਿਉਂ ਸੀਪੀ ਸਰ ਸੀਪੀ ਸਰ ਦੱਸਣਗੇ ਕਿ ਮੁੰਡੇ ਸੱਚ ਬੋਲਦੇ ਆ ਆਹ ਉਸ ਸਰ ਕਹਿੰਦੇ ਮੈਂ ਵੀ ਬੋਲਦਾ ਤੇ ਮੈਂ ਵੀ ਬੋਲਦਾ ਇਹ ਵੀ ਸਰ ਕਹਿੰਦੇ ਸੱਚ ਬੋਲਦੇ ਤੁਸੀਂ ਨਹੀਂ ਕਹਿੰਦਾ ਮੈਂ ਝੂਠ ਬੋਲਿਆ ਨਹੀਂ ਕਦੇ ਆ ਦੇਖੋ ਹੁਣ ਇਹ ਝੂਠ ਬੋਲਦਾ ਕਿ ਮੈਂ ਝੂਠ ਬੋਲਿਆ ਨਹੀਂ ਕਦੇ ਸਿਆਣੇ ਕਹਿੰਦੇ ਆ ਜਿਹੜੇ ਝੂਠ ਨਾਲ ਕਿਸੇ ਦਾ ਘਰ ਵੱਸਦਾ ਉਹ ਝੂਠ ਝੂਠ ਨਹੀਂ ਹੁੰਦਾ ਨਦੀਆਂ ਬਾਰੇ ਕਰਵਾ ਦਿਓ ਜੀਓਗ੍ਰਾਫੀ ਚ ਕਰਾਵਾਂਗੇ ਨਦੀਆਂ ਬਾਰੇ ਮੈਂ ਕਨਸਟੀਟਿਊਸ਼ਨ ਦੇ ਵਿੱਚੋਂ ਨਦੀਆਂ ਤਾਂ ਕੱਢ ਦਿੰਦੋ ਰਿਹਾ ਆਰਟੀਕਲ ਨੰਬਰ 12 ਨਦੀ ਆ ਗਈ ਜੀ ਐਵੇਂ ਤਾਂ ਕੱਢੂੰਗਾ ਨਹੀਂ ਦੇਖੋ ਕੀ ਹੁੰਦਾ ਆਪਣਾ ਚੰਡਾ ਆਪਣਾ ਇੰਡੀਆ ਦਾ ਜਿਹੜਾ ਨੈਸ਼ਨਲ 플ੈਗ ਹੈਗਾ ਪਿੰਗਾਲੀ ਵੈਲਕੀਆਂ ਨੇ ਡਿਜ਼ਾਈਨ ਕੀਤਾ ਸੀ 22 ਜੁਲਾਈ 1947 ਨੂੰ ਆਪਾਂ ਇਹਨੂੰ ਅਪਣਾਇਆ ਸੀ ਤੇ ਆਪਣੇ ਇਹਦੇ ਵਿੱਚ ਲੱਗਿਆ ਹੋਇਆ ਅਸ਼ੋਕ ਚੱਕਰ ਤੇ ਇਹਨੂੰ ਆ ਬੋਲ ਲਿਆ ਜਾਂਦਾ ਸਪੋਕਸ ਇਹ 24 ਤਿੱਲੀਆਂ ਬਣੀਆਂ ਹੋਈਆਂ 24 ਘੰਟਿਆਂ ਦੇ ਹਿਸਾਬ ਨਾਲ ਹਨ ਸੋ ਆਪਣੇ ਕੋਲ ਜਿਹੜੀ ਆ ਹੈਗੀ ਇਹਦੀ ਚੌੜਾਈ ਹੈ ਵਿਡਥ ਹੈ ਆ ਜਿਹੜੀ ਹੈਗੀ ਇਹਦੀ ਲੰਬਾਈ ਹੈ ਲੈਂਥ ਹੈ ਤਾਂ ਲੰਬਾਈ ਹਮੇਸ਼ਾ ਲੰਬੀ ਹੋਏਗੀ ਯਾਦ ਰੱਖੋ 3 ਰੇਸ਼ੋ 2 ਇਹਦਾ ਅਨੁਪਾਤ ਹੋਏਗਾ ਲੇਕਿਨ ਭਾਜੀ ਇਹਨਾਂ ਨੇ 3 ਰੇਸ਼ੋ 2 ਪੁੱਛੀ ਨਹੀਂ ਉਹਨਾਂ ਨੇ ਪੁੱਛਿਆ ਵਿਡਥ ਟੂ ਲੈਂਥ ਚੌੜਾਈ ਤੋਂ ਲੰਬਾਈ ਦਾ ਅਨੁਪਾਤ ਕੀ ਹੈ ਸੋ ਚੌੜਾਈ ਤੋਂ ਲੰਬਾਈ ਦਾ ਅਨੁਪਾਤ 2 ਰੇਸ਼ੋ 3 ਆ ਜਾਏਗਾ ਉਲਟਾ ਹੋ ਜਾਏਗਾ ਇਹ ਸਿੱਧਾ ਖਿਆਲ ਰੱਖਿਆ ਜੀ ਝੂਟਨਲ ਘਰ ਪੱਟਿਆ ਵੀ ਜਾਂਦਾ ਹਾਂ ਮੈਂ ਕਹਿ ਰਿਹਾ ਜਿਹੜੇ ਝੂਟਨਲ ਘ ਉਹ ਝੂਟ ਝੂਟ ਨਹੀਂ ਹੁੰਦਾ ਪੱਟਿਆ ਜਾਵੇ ਤਾਂ ਫਿਰ ਫਿਰ ਝੂੜਕਾ ਦਾ ਰਹਿ ਗਿਆ ਜਪਾਨ ਵਿੱਚ ਜਨਸੰਖਿਆ ਦਿਨੋ ਦਿਨ ਘਟ ਰਹੀ ਹੈ ਕੋਈ ਗੱਲ ਨਹੀਂ ਇੰਡੀਆ ਚ ਵੱਧ ਰਹੀ ਹੈ ਇੰਡੀਆ ਵਾਲੇ ਤਰੱਕੀ ਕਰ ਰਹੇ ਆ ਪਹਿਲੇ ਨੰਬਰ ਤੇ ਆ ਗਏ ਕਿਹੜੀ ਅਮੈਂਡਮੈਂਟ ਹੈ ਜੀ ਹੈ ਜਿਹੜਾ ਬਿੱਲ ਸਰਜ ਕੀਤਾ 10ਵਾਂ ਸ਼ੈਡਿਊਲ ਸੋ 10ਵੀਂ ਅਨੁਸੂਚੀ ਜਿਹਨੂੰ ਬੋਲਿਆ ਜਾਂਦਾ ਐਂਟੀ ਡਿਫੈਕਸ਼ਨ ਲੋ ਦਲ ਬਦਲੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਫੀ ਅਜੇ ਬੰਦੇ ਹੋਣਗੇ ਸਵੇਰੇ ਕਿਸੇ ਹੋਰ ਨਾਲ ਸ਼ਾਮੀ ਕਿਸੇ ਹੋਰ ਨਾਲ ਤਾਂ ਇਹ ਜੇ ਬੰਦੇ ਦਲ ਬਦਲੂ ਕਾਫੀ ਬੰਦੇ ਤੁਸੀਂ ਦੇਖੇ ਹੋਣੇ ਆ ਤਾਂ ਇਹ ਜੇ ਬੰਦੇ ਹੁੰਦੇ ਨੇ 10 ਨੰਬਰੀ 2 ਨੰਬਰੀ ਨਹੀਂ ਹੁੰਦੇ ਇਹ 10 ਨੰਬਰੀ ਹੁੰਦੇ ਆ 10 ਹਾਂਜੀ ਹਾਂ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਪੱਲੇ ਉਹ ਚਲਾਕ ਸਜਣਾ ਸੋ ਦਲ ਬਦਲੀ ਸੰਬੰਧੀ ਜਿਹੜੇ ਆਪਣੇ ਕੋਲ ਸ਼ੈਡਿਊਲ ਹੈਗਾ ਕਹਿੰਦੇ ਉਹ ਇੱਕ ਨੰਬਰੀ ਬੰਦੇ ਨਹੀਂ ਹੁੰਦੇ ਦੋ ਨੰਬਰੀ ਨਹੀਂ ਹੁੰਦੇ ਉਹ 10 ਰੁਪਏ 'ਚ ਵਿਕ ਜਾਂਦੇ 10 ਨੰਬਰੀ ਬੰਦੇ ਹੁੰਦੇ ਨੇ ਬਿਲਕੁਜੀ 1907 ਵਿੱਚ ਉਹ ਲੰਘ ਗਿਆ ਕੋਈ ਸੀ ਚਲੋ ਕੋਈ ਗੱਲ ਨਹੀਂ ਪੰਜਾਬੀ ਵਿੱਚ ਦੇਖੋ ਜੀ ਕਿਹੜੀ ਸ਼ੋਨ ਦੇ ਭਾਰਤ ਸਰ ਨੇ 10 ਅਨੁਸੂਚੀ ਸ਼ਾਮਿਲ ਕੀਤੀ ਹੈ 10ਵੀਂ ਅਨੁਸੂਚੀ ਬੀ ਨੰਬਰ ਆ ਰਿਹਾ ਹੈ ਦੇਖੋ 5 ਗੁਣਾ 2 ਕਿੰਨਾ ਹੁੰਦਾ ਮੈਨੂੰ ਤਾਂ ਪਤਾ ਨਹੀਂ ਬਾਕੀ ਮੈਨੂੰ ਤਾਂ ਮੰਮੀ ਨੇ ਸਿਖਾਇਆ 5 ਗੁਣਾ 2 ਹੁੰਦਾ 10 ਤਾਂ 5 ਗੁਣਾ 2 ਮਤਲਬ 5 ਤੇ 2 52 ਨੰਬਰ ਸ਼ੋਧ ਹੋਈ ਆਪਣੇ ਕੋਲ 10ਵਾਂ ਸ਼ੈਡਿਊਲ ਆਇਆ ਕਿਹੜੇ ਸਾਲ ਦੇ ਵਿੱਚ ਹੋਈ ਸੀ 1985 ਦੇ ਵਿੱਚ ਜੇ ਤੁਸੀਂ ਕਿਸੇ ਦਾ ਦਲ ਬਦਲ ਕੇ ਜਾ ਰਹੇ ਹੋ ਤੁਹਾਨੂੰ ਘਰੋਂ ਕੱਢ ਦਿੱਤਾ ਜਾਏਗਾ ਹਨਾ ਹੋ ਗਿਆ ਮੁੰਡਿਆਂ ਦੇ ਇਨਸਰਟ ਨਹੀਂ ਜਿਸ ਮਰ ਨਹੀਂ ਕੋਈ ਮੁੰਡਿਆਂ ਦੇ ਇਨਸਰਟ ਨਹੀਂ ਹੋਈ ਇਹ ਕੁੜੀਆਂ ਵੀ ਦਲ ਬਦਲ ਜਾਂਦੀਆਂ ਨੇ ਕੁੜੀਆਂ ਵੀ ਦਲ ਬਦਲ ਜਾਂਦੀਆਂ ਨੇ ਇਹ ਜਾਨ ਹੈਗਾ ਮੁੰਡੇ ਹੀ ਦਲ ਬਦਲਦੇ ਆ ਕੁੜੀਆਂ ਇਧਰ ਜਾ ਕੇ ਇੱਕ ਜਨਾਨੀ ਨੂੰ ਕਹਿਣ ਗਿਆ ਮੈਨੂੰ ਨਾ ਇਹ ਗੱਲ ਪਤਾ ਲੱਗੀ ਦੱਸੀ ਨਾ ਕਿਸੇ ਨੂੰ ਉਹ ਦੂਜੀ ਜਨਾਨੀ ਤੀਜੀ ਨੂੰ ਕਹੇਗੀ ਮੈਨੂੰ ਆ ਗੱਲ ਪਤਾ ਲੱਗੀ ਦੱਸੀ ਨਾ ਕਿਸੇ ਨੂੰ ਉਹ ਤੀਜੀ ਜਾਗੀ ਚੌਥੀ ਕੋਲ ਚੌਥੀ ਵਾਪਿਸ ਪਹਿਲੇ ਕੋਲ ਆ ਦੇਗੀ ਮੈਨੂੰ ਇਹ ਗੱਲ ਪਤਾ ਲੱਗੀ ਤੂੰ ਦੱਸੀ ਨਾ ਕਿਸੇ ਨੂੰ ਉਹ ਕਹੇਗੀ ਮੈਂ ਤਾਂ ਫੈਲਾਈ ਹੈ ਤੈਨੂੰ ਕਿਉਂ ਪਤਾ ਲੱਗ ਗਈ 60 ਕੁਐਸਚਨ ਦੀ ਪੰਜਾਬੀ ਲੈਂਗੁਏਜ ਚੈੱਕ ਕਰੋ ਤਰ ਸਾਡੇ ਰਾਸ਼ਟਰੀ ਝੰਡੇ ਦੀ ਲੰਬਾਈ ਅਤੇ ਚੜਾਈ ਦਾ ਅਨੁਪਾਤ ਉਹੋ ਦੇਖੋ ਗੂਗਲ ਬਾਬਾ ਇਹ ਕਹਿੰਦਾ ਹੈ ਉਹ ਸੌਰੀ ਆਪਣੇ ਐਗਜ਼ਾਮੀਨਰ ਸਿਆਣਾ ਹੈਗਾ ਐਗਜ਼ਾਮੀਨਰ ਇਹ ਕਹਿੰਦਾ ਜੇ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਕੋਈ ਵੀ ਗਲਤੀ ਪਾਈ ਜਾਂਦੀ ਹੈ ਤਾਂ ਅੰਗਰੇਜ਼ੀ ਭਾਸ਼ਾ ਵਾਲਾ ਹੀ ਵੈਲਿਡ ਮੰਨਿਆ ਜਾਏਗਾ ਪੰਜਾਬੀ ਵਾਲਾ ਵੈਲਿਡ ਨਹੀਂ ਮੰਨਿਆ ਜਾਏਗਾ ਸੋ ਠੀਕ ਹੈ ਜਿਹੜੇ ਪਿਓਰ ਪੰਜਾਬੀ ਮੀਡੀਅਮ ਹੈਗੇ ਹੋ ਤੁਸੀਂ ਕਰਦੇ ਦਾ ਪੰਜਾਬੀ ਹੋ ਸ਼ਾਮ ਨੂੰ ਤੁਹਾਨੂੰ ਹੱਥ ਦੇ ਵਿੱਚ ਅੰਗਰੇਜ਼ੀ ਦਾ ਅੰਗਰੇਜ਼ੀ ਦਾ ਗਲਾਸ ਸਹੀਦਾ ਹੁੰਦਾ ਸੋ ਅੰਗਰੇਜ਼ੀ ਵੱਲ ਥੋੜਾ ਜਿਹਾ ਧਿਆਨ ਦਿਓ ਅੰਗਰੇਜ਼ੀ ਵਾਲੀ ਮੰਨੀ ਜਾਊਗੀ ਇੱਥੇ ਨਹੀਂ ਮੰਨੀ ਜਾਗੀ ਕਰ ਕੁੜੀਆਂ ਨੇ ਪਹਿਲਾਂ ਹੀ ਦਲ ਬਦਲੇ ਹੁੰਦੇ ਆ। ਕਹਿੰਦੇ ਦੱਸ ਦੇ ਦੱਸ ਦੇ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਆਹੋ ਚਲੋ ਜੀ ਅੱਗੇ ਅਗਲੇ ਕੁਸ਼ਨ ਦਾ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ ਲੈ ਇਹ ਤੁਮੇ ਦੱਸਤਾ ਤੀਜੇ ਚੈਪਟਰ ਦੇ ਵਿੱਚ ਆਉਂਦੀ ਹੈ 12 ਤੋਂ 35 ਹੈ ਯੂਐਸਏ ਤੋਂ ਲਏ ਹੋਇਆ ਪਹਿਲਾਂ 7 ਸੀ ਹੁਣ 6 ਹੋ ਗਏ ਕਿਹੜੇ ਕਿਹੜੇ ਆ ਸਭ ਤੋਂ ਪਹਿਲਾਂ ਇਕਵੈਲਿਟੀ ਆ ਸਮਾਨਤਾ ਦਾ ਅਧਿਕਾਰ ਆਰਟੀਕਲ ਨੰਬਰ 14 ਤੋਂ 18 ਦੇ ਵਿੱਚ ਆਂਦਾ ਫਿਰ ਆਪਣੇ ਕੋਲ ਆ ਗਿਆ ਫ੍ਰੀਡਮ ਸੁਤੰਤਰਤਾ ਦਾ ਅਧਿਕਾਰ ਉਹ ਕਿੰਦੇ ਤੋਂ ਕਿੰਦੇ ਵਿੱਚ ਆਂਦਾ ਉਹ 19 ਤੋਂ 22 ਦੇ ਵਿੱਚ ਆਂਦਾ ਫਿਰ ਆਪਣੇ ਕੋਲ ਆ ਗਿਆ ਅਗੇਂਸਟ ਐਕਸਪਲੋਇਟੇਸ਼ਨ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਉਹ 23 ਤੋਂ 24 ਦੇ ਵਿੱਚ ਆਂਦਾ ਹੈ ਥੈਨ ਆਪਣੇ ਕੋਲ ਐਕਸਪਲੋਇਟੇਸ਼ਨ ਤੋਂ ਬਾਅਦ ਆ ਜਾਂਦਾ ਰਿਲੀਜੀਅਨ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਉਹ ਕਿੰਦੇ ਵਿੱਚ ਆ ਗਿਆ ਉਹ 25 ਤੋਂ 28 ਦੇ ਵਿੱਚ ਆ ਗਿਆ ਥੈਨ ਆਪਣੇ ਕੋਲ ਆ ਗਿਆ ਐਜੂਕੇਸ਼ਨਲ ਤੇ ਕਲਚਰਲ ਰਾਈਟ ਸਭਿ ਸਾਂਸਕ੍ਰਿਤੀ ਦਾ 29 ਤੇ 30 ਦੇ ਵਿੱਚ ਆ ਗਿਆ 31 ਵਾਲਾ ਰਾਈਟ ਟੂ ਪ੍ਰੋਪਰਟੀ ਇਹ ਡਿਲੀਟ ਹੋ ਗਿਆ ਤੇ 32 ਵਾਲਾ ਰੈਮਡੀਜ਼ ਹੈਗਾ ਆਪਾਂ ਪੜਿਆ ਜਿਹਨੂੰ ਸੰਵਿਧਾਨ ਦੀ ਦਿਲ ਅਤੇ ਆਤਮਾ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਬੋਲਿਆ ਸੀ ਮਾਰੀ ਸ਼ਾਇਰੀਆਂ ਕਮ ਹੈ ਕੇ ਦੁਖੀ ਆਦਮ ਕਹਿੰਦਾ ਮਾਰੀ ਛੋਰੀਆਂ ਕਮ ਹੈਗੇ ਹਾਂ ਹਮਾਰੀ ਛੋਰੀਆਂ ਛੋਰੋ ਸੇ ਕਮ ਹੈਗੇ ਚਲੋ ਜੀ ਦ ਸੁਪਰੀਮ ਕਮਾਂਡਰ ਆਫ ਦਾ ਡਿਫੈਂਸ ਫੋਰਸਿਸ ਵੈਸਟਡ ਵਿਦ ਦਾ ਸੋ ਜਿਹੜਾ ਰੱਖਿਆ ਬਲਾਂ ਦੀ ਸਰਵੋੱਚ ਕਮਾਂਡ ਇਹਨਾਂ ਦੇ ਕੋਲ ਹੈ ਕਿੰਨਾ ਦੇ ਕੋਲ ਹੈ ਇੱਕ ਫੀਲਡ ਦੇ ਕੋਲ ਹੈ ਇੱਕ ਕਮਾਂਡਰ ਇਨ ਚੀਫ ਦੇ ਕੋਲ ਹੈ ਇੱਕ ਪ੍ਰਾਈਮ ਮਿਨਿਸਟਰ ਦੇ ਕੋਲ ਹੈ ਤੇ ਇੱਕ ਰਾਸ਼ਟਰਪਤੀ ਕਿੰਨੇ ਕੋਲ ਹੈ ਜਲਦੀ ਦੱਸੋ ਕਹਿੰਦੇ ਹਮੇ ਕਾ ਪਤਾ ਕਿਸਕੇ ਪਾਸ ਹੈ ਵੀ ਹਮੇ ਜੇਬ ਮੇ ਹਾਜ਼ਰ ਹਾਲ ਕੇ ਢੂੰਢਣਾ ਪੜੇਗਾ ਕੁੜੀ ਨੇ ਤਾਂ ਰਾਵਣ ਮਰਵਾ ਦਿੱਤਾ ਸੀ ਹਰਪ੍ਰੀਤ ਦੇਖੋ ਹੁਣ ਮੈਂ ਇੰਨਾ ਬੁਰਾ ਤਾਂ ਨਹੀਂ ਕਹੂੰਗਾ ਵੀ ਕੁੜੀ ਨੇ ਰਾਵਣ ਮਰਵਾ ਦਿੱਤਾ ਸੀ ਜਲਦੀ ਜਲਦੀ ਦੱਸੋ ਸੱਤ ਅੱਖਰ ਹੁੰਦੇ ਮੈਂ ਪਹਿਲਾਂ ਪੜ੍ਹ ਹੀ ਲਾਂ ਇਹਨਾਂ ਦੇ ਸੋਹਣੇ ਸੋਹਣੇ ਕਮੈਂਟ ਆਂਦੇ ਨੇ ਕਈ ਕਹਿੰਦੇ ਸਰ ਸਾਡਾ ਕਮੈਂਟ ਪੜ੍ਹਦੇ ਨਹੀਂ ਅਸੀਂ ਐਨੀ ਮਿਹਨਤ ਨਾਲ ਸੋਚ-ਸੋਚ ਕੇ ਗੱਲਾਂ ਲਿਖਦੇ ਆਂ ਕਹਿੰਦੇ ਸਰ ਜ਼ਿੰਦਗੀ ਦੇ ਸੱਤ ਅੱਖਰ ਹੁੰਦੇ ਚਾਰ ਤਾਂ ਇਹ ਕੁੜੀਆਂ ਚਾਰ ਕੇ ਲੈ ਜਾਂਦੀਆਂ ਨੇ ਨਾਰਾਂ ਤੇ ਸਰਕਾਰਾਂ ਬਦਲ ਜਾਂਦੀਆਂ ਚਲੋ ਜੀ ਠੀਕ ਹੈ ਜੀ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਜਲਦੀ ਜਲਦੀ ਯਾਰ ਜਿਨ੍ਹਾਂ ਨੇ ਪਹਿਲਾਂ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਮੈਂ ਤੁਹਾਨੂੰ ਫਿਰ ਕਹਿ ਰਿਹਾ ਤੁਹਾਨੂੰ ਲੱਗੇ ਮੰਮੀ ਦੀ ਸੋ ਹਣਾ ਰੋਜ਼ ਸ਼ਾਮ ਨੂੰ ਪਹਿਲਾਂ ਆ ਵਾਲਾ ਸਟੈਟ ਜਿਹੜਾ ਲਿੰਕ ਹੁੰਦਾ ਹੈ ਸ਼ੇਅਰ ਕਰਿਆ ਕਰੋ ਦੂਜੀ ਗੱਲ ਯਾਰ ਮੈਨੂੰ ਪਤਾ ਲੱਗੇ ਕੋਈ ਕਮੀ ਚੱਲ ਰਹੀ ਹੈ ਲੈਕਚਰ ਦੇ ਵਿੱਚ ਜਾਂ ਕੁਝ ਐਦਾਂ ਦਾ ਲੱਗਦਾ ਜਦੋਂ ਲੈਕਚਰ ਖਤਮ ਹੋ ਜਾਂਦਾ ਭਾਵੇਂ 2 ਘੰਟੇ ਬਾਅਦ ਆ ਕੇ ਨਾ ਕਮੈਂਟ ਸੈਕਸ਼ਨੇ ਕਮੈਂਟ ਕਰਿਆ ਕਰੋ ਵੀ ਸੈਸ਼ਨ ਕਿਦਾਂ ਦਾ ਲੱਗਿਆ ਮੈਨੂੰ ਪਤਾ ਲੱਗੇ ਜੋ ਕੋਈ ਕਮੀ ਲੱਗ ਰਹੀ ਹੈ ਕਮੀ ਪੇਸ਼ੀ ਆਪਾਂ ਦੂਰ ਕਰਾਂਗੇ ਜ਼ਰੂਰ ਕਰਾਂਗੇ ਹਣਾ ਫੀਲਡ ਕੀ ਹੁੰਦਾ ਜੀ ਫੀਲਡ ਦਾ ਉਹ ਇੱਕ ਉਸ ਉਥੇ ਜਿਹੜ ਇੱਕ ਫੌਜ ਦੀ ਟੁਕੜੀ ਨੂੰ ਵੀ ਕਹਿ ਸਕਦੇ ਆ ਕੁੜੀਆਂ ਦਿਆ ਜ਼ਿਆਦਾ ਹੋ ਗਿਆ ਜੀ ਹੁਣ ਠੀਕ ਠਕ ਬੈ ਕੋਈ ਗੱਲ ਨਹੀਂ ਹੁਣ ਨਹੀਂ ਬੋਲਦੇ ਆਪਾਂ ਸੋ ਪ੍ਰਧਾਨ ਮੰਤਰੀ ਨਹੀਂ ਹੁੰਦਾ ਰਾਸ਼ਟਰਪਤੀ ਹੁੰਦਾ ਰਾਸ਼ਟਰਪਤੀ ਨੂੰ ਆਪਣੀ ਕਮਾਂਡਰ ਇਨ ਚੀਫ ਬੋਲਿਆ ਜਾਂਦਾ ਜਿਹੜੀਆਂ ਆਪਣੀਆਂ ਆਰਮਡ ਫੋਰਸਿਸ ਹੁੰਦੀਆਂ ਥਾਰ ਬੰਦ ਫੌਜਾਂ ਹਥਿਆਰ ਬੰਦ ਫੌਜਾਂ ਦਾ ਹੈੱਡ ਰਾਸ਼ਟਰਪਤੀ ਸਾਹਿਬ ਨੂੰ ਬੋਲਿਆ ਜਾਂਦਾ ਹੈ ਅੱਗੇ ਕੁਐਸਚਨ ਆ ਗਿਆ ਫਰਸਟ ਲੋਕਪਾਲ ਬਿਲ ਵਾਸ ਪਾਸਡ ਇਨ ਦਾ ਫੋਰਥ ਲੋਕ ਸਭਾ ਇਨ ਵਿਚ ਇਅਰ ਜਿਹੜਾ ਆਪਣਾ ਪਹਿਲਾ ਲੋਕਪਾਲ ਬਿਲ ਸੀ ਦੇਖੋ ਲੋਕਪਾਲ ਵੈਸੇ ਦਾ ਹ ਅਜਾ ਮੈਨੂੰ ਗੱਲ ਸੁਣੋ 오ਡੀਸਾ ਨੇ ਹੁਣ ਮਹਾਰਾਸ਼ਟਰ ਨੇ ਲੋਕਾਇੁਕਤ ਬਿੱਲ ਪਾਸ ਕੀਤਾ ਹੈ ਪੇਪਰ ਇਸ ਕੁਸ਼ਨ ਆਏਗਾ ਤੁਹਾਡੇ ਕੋਲ ਕਿਹੜੀ ਸਟੇਟ ਨੇ ਹੁਣ ਮਹਾਰਾਸ਼ਟਰ ਨੇ ਕੀ ਕੀਤਾ ਹੈ ਲੋਕਾਇੁਕਤ ਬਿੱਲ ਪਾਸ ਕੀਤਾ ਹੈ ਲੋਕਾਇੁਕਤ ਬਿੱਲ ਪਾਸ ਕੀਤਾ ਹੈ ਲੋਕਾਇੁਕਤ ਤੇ ਲੋਕਪਾਲੇ ਫਰਕ ਸਮਝੋ ਲੋਕਪਾਲ ਬਿੱਲ ਕਿਹੜਾ ਹੁੰਦਾ ਹੈ ਲੋਕਪਾਲ ਉਹ ਵਾਲੀ ਪੋਜੀਸ਼ਨ ਹੈ ਸੈਂਟਰ ਗਵਰਨਮੈਂਟ ਦੀ ਜਿਹੜੀ ਕਿ ਕਰਪਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਕਰਪਟਿਡ ਬੰਦੇ ਨੂੰ ਫੜੇਗੀ ਜੇ ਸਟੇਟ ਦੇ ਵਿੱਚ ਦੇਖੋਗੇ ਲੋਕਪਾਲ ਨਹੀਂ ਬੋਲਦੇ ਉਹਨੂੰ ਲੋਕਾਇੁਕਤ ਬੋਲ ਦਿੰਦੇ ਆ ਬਸ ਹੋਰ ਕੁਝ ਨਹੀਂ ਕਨੇ ਮੰਮੀ ਦੀ ਸੌਦੇ ਨਹੀਂ ਮੰਨਦੇ ਆ ਦੀ ਸੇਲੀ ਸੇਲੀ ਆਦੀ ਆਦੀ ਸੇਲੀ ਦੀ ਸੌਦੇ ਮੰਨਣਗੇ ਸਰ ਜੀ ਇਮੋਸ਼ਨਲ ਅਤਿਆਚਾਰ ਚਾਹੇ ਪੀਤੀ ਖਾਦੀ ਚ ਕਮੈਂਟ ਕਰ ਦਿਓ ਹਾਂ ਸੋਹਣਾ ਜਿਹਾ ਕਰ ਦਿਓ ਬਸ ਦੇਖੋ ਪਤਾ ਕੀ ਗੱਲ ਆ ਸਾਰੇ ਕਮੈਂਟਿੰਗ ਨੋਰ ਨਹੀਂ ਕੀਤੇ ਜਾਂਦੇ ਪੜੇ ਜਾਂਦੇ ਠੀਕ ਹੈ 1969 ਬਿਲਕੁਲ ਜੀ 1969 ਚੌਥੀ ਲੋਕ ਸਭਾ ਚੱਲ ਰਹੀ ਸੀ ਤਾਂ ਚੌਥੀ ਲੋਕ ਸਭਾ ਦੇ ਦੌਰਾਨ ਆਪਣੇ ਕੋਲ ਇਹ ਪੈਚ ਹੋਇਆ ਸੀ ਆਪਣੇ ਕੋਲ 1900 69 ਹਾਂ ਸਹੀ ਹੈ ਅੱਗੇ ਚਲਦੇ ਹਾਂ ਅੱਗੇ ਵਿਚ ਅਮੈਂਡਮੈਂਟ ਬਿਲ ਐਕਸਟੈਂਡਡ ਦੀ ਲਾਈਫ ਆ ਮੈਂ ਕੱਲ੍ਹ ਵੀ ਦੱਸਿਆ ਸੀ ਹੁਣ ਜਲਦੀ ਜਲਦੀ ਦੱਸ ਦੋ ਕਿਹੜੀ ਅਮੈਂਡਮੈਂਟ ਬਿਲ ਆਇਆ ਸੀ ਜਿਨੇ ਲੋਕ ਸਭਾ ਦੀ ਲਾਈਫ ਜਿਹੜੀ ਸੀ ਉਹ 5 ਸਾਲ ਤੋਂ 6 ਸਾਲ ਕਰਤੀ ਸੀ ਤੇ ਵਾਪਸ 6 ਤੋਂ 5 ਕਰਤੀ ਕਿਹੜੇ ਕਿਹੜੇ ਦੋ ਅਮੈਂਡਮੈਂਟ 42 ਤੇ 44 42 ਤੇ 43 44 ਤੇ 47 ਇਹ 46 ਨਹੀਂ ਕੀਤਾ ਸੀ ਦੋਨਾਂ ਕੰਮ ਤੇ ਕੁੱਕੜ ਗਏ ਸ਼ਹਿਰ ਨੂੰ ਮੁਰਗੇ ਅਸੀਂ ਬਣੇ ਪਏ ਆ ਅੰਕੁਸ਼ ਸਰਤਾ ਸਾਡੇ ਡੀਐਸਪੀ ਨੇ ਅਸੀਂ ਸਟੱਡੀ ਵਿੱਚ ਉਹਨਾਂ ਕਰਕੇ ਤਣੇ ਪਏ ਆ ਉਸਤਾਦ ਜੀ ਜਿੰਦਾਬਾਦ ਥੈਂਕ ਯੂ ਇਸ਼ੂ ਗੁਲ ਜਦ ਹੀ ਬਿਲਕੁਲ ਸੋ ਪਹਿਲਾ ਲੋਕ ਸਭਾ ਦਾ ਕਾਰਜਕਾਲ ਹੁੰਦਾ ਸੀ 5 ਸਾਲ ਇਹ ਵਧਾ ਕੇ ਰਾਜਾ ਆਪਣੇ ਕੋਲ ਕਿੰਨੇ ਸਾਲ ਕਰ ਦਿੱਤਾ ਗਿਆ 6 ਸਾਲ ਇਹ 42 ਨੰਬਰ ਅਮੈਂਡਮੈਂਟ 1976 ਆਪਣੀ 1 ਐਂਡ ਓਨਲੀ ਪ੍ਰਾਈਮ ਮਿੰਸਟਰ ਊਮਨ ਪ੍ਰਾਈਮ ਮਿੰਸਟਰ ਇੰਦਰਾ ਗਾਂਧੀ ਜੀ ਨੇ ਕੀਤਾ ਸੀ ਵਾਪਸ 6 ਤੋਂ ਕਿੰਨੇ ਸਾਲ ਕਰ ਦਿੱਤਾ ਗਿਆ 5 ਸਾਲ ਉਹ 44th ਨੰਬਰ ਅਮੈਂਡਮੈਂਟ 1978 ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਜਿਨ੍ਹਾਂ ਨੇ ਰਾਈਟ ਟੂ ਪ੍ਰੋਪਰਟੀ ਨੂੰ ਲੀਗਲ ਰਾਈਟ ਵਿੱਚ ਸਟਿਆ ਉਹ ਸੀ ਆ ਗਿਆ ਉਹੀ ਕੁਐਸਚਨ ਸਰ ਕੇਰਲਾ ਸਟੇਟ ਨੇ ਆਪਦਾ ਆਪਣਾ ਨੈਟਵਰਕ ਬਣਾਇਆ ਹਾਂ ਕੇਰਲਾ ਸਟੇਟ ਇੱਕ ਐਜੀ ਸਟੇਟ ਬਣੀ ਹੈ ਜਿਨੇ ਪੂਰਾ ਡਿਜੀਟਲ ਕਰਤਾ ਕੇਰਲਾ ਫਾਈਬਰ ਆਪਟਿਕ ਨੈਟਵਰਕ ਐਜਾ ਕੁਛ ਹੁੰਦਾ ਨਾਮ ਹੈਗਾ ਕੇਰਲਾ ਸਟੇਟ ਡਿਜੀਟਲ ਬਣ ਗਈ ਪੂਰੀ ਡਿਜੀਟਲ ਬਣ ਗਈ ਆਪਣੀ ਸਟੇਟ ਦੇ ਵਿੱਚ ਸੀਵਰ ਸਾਫ ਕਰਨਾ ਵਾਸਤੇ ਰੋਬੋਟ ਵੀ ਕੇਰਲਾ ਸਟੇਟ ਨੇ ਬਣਾਇਆ ਕੇਰਲਾ ਬਹੁਤ ਅੱਗੇ ਜਾ ਰਹੀ ਹੈ ਕੇਰਲਾ ਬਹੁਤ ਅੱਗੇ ਜਾ ਰਹੀ ਹੈ ਸਾਰੇ ਇਥੇ ਸ਼ਿਵ ਕੁਮਾਰ ਬਟਾਲਵੀ ਬਟਾਵਲੀ ਬਨੇ ਹੋਏ ਨੇ ਚਲੋ ਠੀਕ ਹੈ। ਦ ਨੈਸ਼ਨਲ ਐਂਥਮ ਆਫ ਇੰਡੀਆ ਵਾਸ ਅਡਾਪਟਡ ਓਨ। ਦੇਖੋ ਆਪਣੇ ਇੰਡੀਆ ਦੇ ਵਿੱਚ ਪਹਿਲੀ ਵਾਰੀ ਗਾਇਆ ਜਾ ਚੁੱਕਿਆ। ਅੱਛਾ ਮੈਨੂੰ ਇਹ ਦੱਸੋ ਅ ਠੀਕ ਹੈ। ਸਹੀ ਹੈ। ਸੋ ਨੈਸ਼ਨਲ ਐਂਥਮ ਕਦੋਂ ਅਡਾਪਟ ਕੀਤਾ ਗਿਆ? ਸੰਵਿਧਾਨਿਕ ਸਭਾ ਨੇ ਕਦੋਂ ਕਿਹਾ ਵੀ ਆਪਣਾ ਜਨ ਗਨ ਮਨ ਆਪਣਾ ਰਾਸ਼ਟਰੀ ਗੀਤ ਗਾਣ ਰਹਿਗਾ ਸੋਰੀ। ਸੋ ਇਹਨੂੰ ਕਦੋਂ ਅਪਣਾਇਆ ਗਿਆ ਮੈਨੂੰ ਦੱਸੋ। ਜਲਦੀ ਜਲਦੀ ਕਿ ਹਾਂ ਬਿਲਕੁਲ ਕੇਰਲਾ ਫਾਈਬਰ ਆਪਟਿਕ ਨੈਟਵਰਕ ਹੈਗਾ ਜੀ ਸਰ ਥੋੜਾ ਸਲੋ ਕਰਾਇਆ ਕਰੋ ਜੀ ਸੰਤ ਸਿੰਘ ਦੇਖੋ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਵੀ ਇਹ ਦੇਖੋ ਨੇ 66 ਕੁਐਸਚਨ ਤੇ ਆਪਾਂ ਤੀਜਾ ਦਿਨ ਹੈ ਕੱਢੋੜ ਤੀਜੇ ਦਿਨ 100 150 ਕੁਐਸਚਨ ਤਾਂ ਹੋਣੇ ਚਾਹੀਦੇ ਐ ਬਟ ਮੈਂ ਐਕਸਪਲੇਨੇਸ਼ਨ ਪੂਰੀ ਦੇ ਰਿਆਂ ਬਟ ਮੈਨੂੰ ਮੇਰੀ ਕੋਸ਼ਿਸ਼ ਇਹ ਵੀ ਰਹਿੰਦੀ ਹੈ ਵੀ ਥੋੜੀ ਜੀ ਸਪੀਡ ਵਿੱਚ ਜਿਆਦਾ ਤੋਂ ਜਿਆਦਾ ਕੁਐਸਚਨ ਕਵਰ ਹੋ ਜਨ ਰਿਵੀਜ਼ਨ ਸੈਸ਼ਨਸ ਨੇ ਪ੍ਰੀਵਿਅਸ ਈਅਰ ਕੁਐਸਚਨ ਨੇ ਤਾਂ ਮੇਰੀ ਕੋਸ਼ਿਸ਼ ਪਹਿਲੀ ਇਹ ਕੋਸ਼ਿਸ਼ ਹੈ ਵੀ ਥੋੜਾ ਜਿਆਦਾ ਕਵਰ ਹੋ ਜੇ ਤੁਸੀਂ ਬਾਅਦ ਵਿੱਚ 4.75 ਦੀ ਠੀਕ ਹੈ ਸੋ ਆਪਣੀ ਜਦੋਂ ਸੰਵਧਾਨਿਕ ਸਭਾ ਦੀ ਆਖਰੀ ਮੀਟਿੰਗ ਹੋਈ ਸੀ ਉਦੋਂ ਅਪਣਾਇਆ ਗਿਆ ਸੀ ਸੰਵਧਾਨਿਕ ਸਭਾ ਦੁਆਰਾ ਜਨ ਗਨ ਮਨ ਆਪਣਾ ਨੈਸ਼ਨਲ ਐਂਥਮ ਰਹੇਗਾ ਤੇ 27 ਦਸੰਬਰ 1911 ਨੂੰ ਕਲਕੱਤਾ ਦੇ ਵਿੱਚ ਇਹਨੂੰ ਪਹਿਲੀ ਵਾਰੀ ਗਾਇਆ ਗਿਆ ਸੀ ਪਹਿਲੀ ਵਾਰੀ ਗਾਇਆ ਗਿਆ ਸੀ ਕਿਹਨਾਂ ਨੇ ਲਿਖਿਆ ਸੀ ਜਨ ਗਨ ਮਨ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ ਜਨ ਗਰਮਨ ਕਿਹੜੀ ਕਿਤਾਬ ਤੋਂ ਆਪਾਂ ਲਿਆ ਹੋਇਆ ਹੈ ਗੀਤ ਅੰਜਲੀ ਕਿਤਾਬ ਤੋਂ ਲਿਆ ਹੋਇਆ ਇਹਨੂੰ ਗਾਣ ਲਈ ਆਪਾਂ ਨੂੰ ਟਾਈਮ ਕਿੰਨਾ ਚਾਹੀਦਾ ਹੈ 48 ਤੋਂ 52 ਸਕਿੰਟ 52 ਸਕਿੰਟ ਤੁਸੀਂ ਆਨਸਰ ਲਗਾਉਗੇ ਜੇ ਪੇਪਰ ਦੇ ਵਿੱਚ ਆ ਜਾਂਦਾ 48 ਤੋਂ 52 ਸਕਿੰਟ ਪਹਿਲੀ ਵਾਰ 27 ਦਸੰਬਰ 1911 ਕੋਲਕਾਤਾ ਦੇ ਵਿੱਚ ਗਾਇਆ ਗਿਆ ਯੂਪੀ ਗਵਰਨਮੈਂਟ 2030 ਤੱਕ 올 ਗਵਰਨਮੈਂਟ ਵੈਸਟੇਡ ਇਲੈਕਟ ਬਿਲਕੁਲ ਜੀ ਉਹ ਕਰ ਦੇਗੀ ਸ਼ੁਰੂ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਨਹੀਂ ਨਹੀਂ ਸੰਤ ਸਿੰਘ ਦੇਖੋ ਇਹਦਾ MCQਸ ਪ੍ਰੈਕਟਿਸ ਹੈ ਇਹ ਥੋੜੀ ਤੇਜ਼ ਹੋਏਗਾ ਕਲਾਸ ਦੇ ਵਿੱਚ ਤਾਂ ਸਲੋ ਚੱਲਦਾ ਪਾਜੀ ਕਲਾਸ ਦੇ ਵਿੱਚ ਥੋੜੀ ਆਪਾਂ ਨੀਂਦੇ ਚੱਲਾਂਗੇ ਅੱਗੇ ਕਹਿੰਦੇ ਆ ਇਨ ਵਿੱਚ ਆਫ ਦਾ ਫੋਲੋਇੰਗ ਕੇਸ ਇਜ਼ ਕਿਹੜਾ ਕੇਸ ਇਹ じゃ ਸੀ ਸੁਪਰੀਮ ਕੋਰਟ ਆਫ ਇੰਡੀਆ ਗੇਵ ਵਰਡਿਕਸ ਵਿਚ ਹੈਵ ਡਾਇਰੈਕਟਿਡ ਬੀਅਰਿੰਗ ਓਨ ਦਾ ਸੈਂਟਰ ਸਟੇਟ ਰਿਲੇਸ਼ਨ ਕੇਂਦਰ ਅਤੇ ਭਾਰਤ ਦੀ ਸੁਪਰੀਮ ਕੋਰਟ ਜਿਹੜੀ ਆਪਣੇ ਕੋਲ ਹੈਗੀ ਹੈ ਹੇਡ ਲਿਖਿਆਂ ਵਿੱਚੋਂ ਕਿਹੜੇ ਕੇਸਾਂ ਵਿੱਚ ਫੈਸਲੇ ਦਿੱਤੇ ਹਨ ਜਿਨ੍ਹਾਂ ਦਾ ਕੇਂਦਰ ਅਤੇ ਰਾਜ ਸਰਕਾਰ ਦੇ ਸਬੰਧਾਂ ਤੇ ਸਿੱਧਾ-ਸਿੱਧਾ ਅਸਰ ਪੈਂਦਾ ਹੈ ਜਲਦੀ ਤੋਂ ਦੀ ਕੇਂਦਰ ਤੇ ਰਾਜ ਸਰਕਾਰ ਦੇ ਸਰ ਪਾਣੀ ਦੇ ਨਾ ਪਾਣੀ। ਹਾਂਜੀ ਆਨਸਰ ਦਿਓ ਕੇਸ਼ਵਨੰਦ ਭਾਰਤੀ ਕੇਸ ਅਨਸਰ ਆ ਰਿਹਾ A4 ਐਪਲ B4 ਬੋਲ ਸੋ ਦੇਖੋ ਕੇਸ਼ਵਨੰਦ ਭਾਰਤੀ ਕੇਸ ਇੱਕ ਅਜਾ ਕੇਸ ਸੀ ਜਿੰਦੇ ਵਿੱਚ ਇਹ ਕਿਹਾ ਗਿਆ ਸੀ ਆਪਣੇ ਵੀ ਆਪਣੇ ਇੰਡੀਆ ਦੇ ਸੰਵਿਧਾਨ ਦੇ ਬੇਸਿਕ ਸਟਰਕਚਰ ਨੂੰ ਹਿਲਾਇਆ ਨਹੀਂ ਜਾ ਸਕਦਾ ਸੋ ਬੇਸਿਕ ਸਟਰਕਚਰ ਨੂੰ ਨਹੀਂ ਹਿਲਾਇਆ ਜਾ ਸਕਦਾ ਤੇ ਇਸ ਸੰਵਿਧਾਨ ਨੂੰ ਛੇੜੇਗੀ ਤਾਂ ਕੇਂਦਰ ਸਰਕਾਰ ਹੀ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਨਹੀਂ ਛੇੜੇਗੀ ਸੋ ਇੱਥੇ ਆਪਣੇ ਕੋਲ ਇੱਕੋ ਇੱਕ ਕੇਸ ਬੰਦਾ ਕੇਸ਼ਵਨ ਭਾਰਤੀ ਕੇਸ ਹੈ ਜਿਹੜਾ ਇਹਦੇ ਨਾਲ ਸੰਬੰਧਿਤ ਹੈ ਵੈਸੇ ਸੈਂਟਰ ਸਟੇਟ ਰਿਲੇਸ਼ਨ ਦੇ ਨਾਲ ਤੁਸੀਂ ਸੰਬੰਧਿਤ ਕੇਸ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਮੇਟੀਆਂ ਪੜ੍ਹਨਾ ਚਾਹੁੰਦੇ ਹੋ ਜਿਵੇਂ ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ ਆਇਆ ਅਤੇ 77 ਦੇ ਵਿੱਚ ਆਇਆ ਫਿਰ ਆਪਣੇ ਕੋਲ ਆਇਆ ਸੀ ਰਾਜਮਨਾਰ ਕਮੇਟੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪੁੰਛੀ ਕਮਿਸ਼ਨ ਸਰਕਾਰੀਆ ਕਮਿਸ਼ਨ ਉਹ ਸਾਰੇ ਕਹਿੰਦੇ ਨੇ ਆਪਣੇ ਸੈਂਟਰ ਸਟੇਟ ਰਿਲੇਸ਼ਨ ਦੀਆਂ ਕਮੇਟੀਆਂ ਨੇ ਅੱਗੇ ਕਹਿੰਦੇ ਆ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਆਪਣੇ ਇੰਡੀਆ ਦਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਜਿੰਦੇ ਬਾਰੇ ਸੁਪਰੀਮ ਕੋਰਟ ਨੇ ਹੁਣੇ-ਹੁਣੇ ਜੱਜਮੈਂਟ ਦਿੱਤੀ ਹੈ ਕੀ ਕਿਹਾ ਜਾਂਦਾ ਹੈ ਵੀ ਉਹ ਹੋਲਡ ਕਰੇਗਾ ਆਫਿਸ ਨੂੰ ਉਹ ਕਿੰਨੀ ਦੇਰ ਵਾਸਤੇ ਹੋਲਡ ਕਰੇਗਾ ਮੇਰੀ ਬੋਟਰ ਲੱਭ ਕੀ ਹੈ ਆਪਦੀ 6 ਸਾਲਾਂ ਵਾਸਤੇ ਕਰੇਗਾ ਜਾਂ 6 ਸਾਲ ਵਾਸਤੇ ਜਾਂ 60 ਸਾਲ ਵਾਸਤੇ ਕਰੇਗਾ ਦੋਨਾਂ ਵਿੱਚੋਂ ਜਿਹੜਾ ਜਲਦੀ ਹੋ ਜਾਏਗਾ ਡਿਊਰਿੰਗ ਦਾ ਪਲੇਜ਼ੋ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀ ਖੁਸ਼ੀ ਤੇ ਡਿਪੈਂਡ ਕਰਦਾ ਹੈ ਜਾਂ 5 ਸਾਲ ਵਾਸਤੇ ਜਾਂ 60 ਸਾਲ ਵਾਸਤੇ ਕਰੇਗਾ ਜਲਦੀ ਜਲਦੀ ਮੈਨੂੰ ਦੱਸੋ ਹੁਣ ਅੱਜ ਸ਼ਾਇਰੀ ਸੁਣਾ ਦੇ ਤਾਂ ਹੁਣ ਜਿਹੜੇ ਜਿਨ੍ਹਾਂ ਦੀ ਸ਼ਾਇਰੀ ਰਹਿ ਗਈ ਉਹ ਸੁਣਾ ਦਿਓ ਜੀ ਕਿਵੇਂ ਰਿਵੀਜ਼ਨ ਕਰੀਏ ਕਿਵੇਂ ਬਚਣਾ ਹੈ 네ਗੇਟਿਵ ਮਾਰਕਿੰਗ ਤੋਂ ਮੈਂ ਦੱਸਾਂ ਕਿਵੇਂ ਬਚਣਾ ਨੈਗੇਟਿਵ ਮਾਰਕਿੰਗ ਤੋਂ ਨੈਗੇਟਿਵ ਮਾਰਕਿੰਗ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਸਰਬਜੀਤ ਸਰ ਤੁਸੀਂ ਵੀ ਸੁਣ ਲੈਣਾ ਸਭ ਤੋਂ ਸੌਖਾ ਤਰੀਕਾ ਨੈਗੇਟਿਵ ਮਾਰਕਿੰਗ ਤੋਂ ਬਚਣ ਦਾ ਪੇਪਰ ਦਿਓ ਜੇ ਮੰਨ ਲਓ ਤੁਹਾਨੂੰ 70 ਕੁਸ਼ਨ ਆਂਦੇ ਆ ਤਾਂ 70 अटेम्प्ट ਨਹੀਂ ਕਰ ਦੋ ਜਿਹੜਾ ਕੁਸ਼ਨ ਤੁਹਾਨੂੰ ਲੱਗਦਾ ਨਹੀਂ ਆਂਦਾ ਤੁਸੀਂ ਇਹ अटेम्प्ट ਨਹੀਂ ਕਰੋ ਨੈਗੇਟਿਵ ਮਾਰਕਿੰਗ ਤੋਂ ਬਚ ਜਾਓਗੇ ਪੀਡੀਐਫ ਕਮ ਦੇਤੀ ਯਾਰ ਮੈਂ ਪੀਡੀਐਫ ਮਿਲ ਗਈ ਟੈਲੀਗ੍ਰਾਮ ਤੇ ਚੈੱਕ ਕਰੋ ਆਹ ਦੇ ਟੈਲੀਗ੍ਰਾਮ ਚੈਨਲ ਜੀਐਸ ਵਿਦਾਂਕੁਸ਼ਰ ਇਹੀ ਹੈ ਟੈਲੀਗ੍ਰਾਮ ਚੈਨਲ ਠੀਕ ਹੈ ਚਲੋ ਜੀ ਸੋ ਹੁਣ ਆਪਾਂ ਗੱਲ ਕਰਦੇ ਆ ਕਿੰਨੇ ਸਾਲਾਂ ਵਾਸਤੇ 6 ਸਾਲ ਵਾਸਤੇ ਜਾਂ ਫਿਰ 65 ਸਾਲ ਦੀ ਉਮਰ ਤੱਕ ਤਾਂ ਜਿਹੜੀ ਚੀਜ਼ ਉਹਨਾਂ ਵਿੱਚੋਂ ਜਲਦੀ ਪੂਰੀ ਹੋ ਜੇ ਉਹਦੇ ਤੱਕ ਸੁਨੇਹੰਦਾ ਚੀਫ ਇਲੈਕਸ਼ਨ ਕਮਿਸ਼ਨਰ ਚਲੋ ਚੀਫ ਇਲੈਕਸ਼ਨ ਕਮਿਸ਼ਨਰ ਦੀ ਗੱਲ ਮੈਂ ਕਰ ਲੈਣਾ ਮੈਂ ਤੁਹਾਨੂੰ ਇਲੈਕਸ਼ਨ ਕਮਿਸ਼ਨ ਸਮਝਾ ਦੇਣਾ ਇਲੈਕਸ਼ਨ ਕਮਿਸ਼ਨ ਜਿਹੜਾ ਆਪਣੇ ਇੰਡੀਆ ਦੇ ਵਿੱਚ ਹੈਗਾ ਦੋ ਤਰ੍ਹਾਂ ਦਾ ਹੈਗਾ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆਰਟੀਕਲ ਨੰਬਰ 324 ਦੇ ਵਿੱਚ ਇੱਕ ਆਪਣੇ ਕੋਲ ਹੈਗਾ ਸਟੇਟ ਸਟੇਟ ਵਾਲਾ ਆ ਤਿੰਨ ਨੰਬਰ ਪਿੱਛੇ ਲੈ ਜਾਓ 243 ਕੇ ਦੇ ਵਿੱਚ 243 ਕੇ ਦੇ ਵਿੱਚ ਆਪਣੇ ਕੋਲ ਹੈਗਾ 243K ਦੇ ਵਿੱਚ ਹੈਗਾ ਆਪਣੇ ਕੋਲ ਲੋਡਿੰਗ ਲੱਗਿਆ ਸਰ ਐ ਕਹਿੰਦਾ ਫੋਨ ਦੇ ਦਿਲ ਦੀ ਤੋਂ ਜਿਹੜਾ ਇੰਡੀਆ ਵਾਲਾ ਹੈਗਾ ਉਹ ਸੈਂਟਰ ਤੇ ਸਟੇਟ ਦੋਨਾਂ ਦੇ ਇਲੈਕਸ਼ਨ ਕਰਵਾਂਦਾ ਮਤਲਬ ਐਮਪੀ ਐਮਐਲਏ ਦੇ ਇਲੈਕਸ਼ਨ ਇਹੀ ਕਰਵਾਂਦਾ ਹੈ ਸਟੇਟ ਵਾਲਾ ਪੰਚਾਇਤੀ ਰਾਜ ਤੇ ਨਗਰਪਾਲਿਕਾ ਦੇ ਇਲੈਕਸ਼ਨ ਕਰਵਾਏਗਾ ਪੰਚਾਇਤੀ ਰਾਜ ਤੇ ਨਗਰਪਾਲਿਕਾ ਦੇ ਇਲੈਕਸ਼ਨ ਕਰਵਾਏਗਾ ਆਪਣੇ ਕੋਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਈ ਗੱਲ ਨਹੀਂ ਥੋੜੀ ਬਹੁਤ ਲੈਂਗੀ ਲੈਗਿੰਗ ਹੋਈ ਸੀ ਤੋਂ ਉਹ ਜਿ ਛੱਡ ਦਿਆ ਜੀ ਠੀਕ ਹੈ 네ਗੇਟਿਵ ਮਾਰਕਿੰਗ ਵਾਲੇ ਸਰਦਾਰ ਨੇ ਯੂਪੀਐਸਸੀ ਦਾ ਇੰਟਰਵਿਊ ਦਿੱਤਾ ਹੋਇਆ ਹੈ ਆ ਦਿੱਤਾ ਹੋ ਸਕਦਾ ਕਿੱਡੀ ਕੀ ਚਲੋ ਸੋ ਆਪਣੇ ਕੋਲ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਅੱਛਾ ਸੁਪਰੀਮ ਕੋਰਟ ਦੀ ਰੀਸੈਂਟ ਜਜਮੈਂਟ ਸੁਣ ਲੈਣਾ ਜਿਵੇਂ ਕਿ ਨਾਇਬ ਤਹਿਸੀਲਦਾਰ ਦਾ ਇਗਜ਼ਾਮ ਹੈ ਉਹਦੇ ਵਿੱਚ ਕੁਐਸਚਨ ਆ ਸਕਦਾ ਹੈ ਨਾਇਬ ਤਹਿਸੀਲਦਾਰ ਦੇ ਇਗਜ਼ਾਮ ਦੇ ਵਿੱਚ ਕੁਐਸਚਨ ਕੀ ਆ ਸਕਦਾ ਹੈ ਕੁਐਸਚਨ ਇਹ ਆ ਸਕਦਾ ਹੈ ਆਪਣੇ ਕੋਲ ਵੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਨੂੰ ਇਲੈਕਸ਼ਨ ਕਮਿਸ਼ਨਰ ਨੂੰ ਮੇਨਲੀ ਚੁਣਨ ਵਾਸਤੇ ਕਿਹੜੀ ਇੱਕ ਬੋਡੀ ਬਣਾਈ ਜਾ ਰਹੀ ਹੈ ਕਿੰਨੇ ਮੈਂਬਰ ਕਿਹੜੇ-ਕਿਹੜੇ ਮੈਂਬਰ ਹੋਣਗੇ ਉਹਦੇ ਵਿੱਚ ਤਾਂ ਕਿਹਾ ਜਾ ਰਿਹਾ ਉਹਦੇ ਵਿੱਚ ਪ੍ਰਧਾਨ ਮੰਤਰੀ ਹੋਣਗੇ ਇੱਕ ਲੀਡਰ ਆਫ ਓਪੋਜੀਸ਼ਨ ਹੋਣਗੇ ਤੇ ਇੱਕ ਆਪਣੇ ਕੋਲ ਚੀਫ ਜਸਟਿਸ ਆਫ ਇੰਡੀਆ ਹੋਣਗੇ ਤਾਂ ਇੱਕ ਕੁਐਸਚਨ ਆ ਸਕਦਾ ਹੈ ਇਹ ਇਹਨਾਂ ਨੇ ਕਿਹਾ ਹਜੇ ਤੱਕ ਇਹ 100% ਇੰਪਲੀਮੈਂਟ ਨਹੀਂ ਹੋਈ ਤੇ ਉਹਨਾਂ ਦੀ ਜਿਹੜੀ ਆਪਣੇ ਕੋਲ ਉਹ ਹੈਗੀ ਹੈ ਨਿਯੁਕਤੀ ਉਹ ਆਪਣੇ ਕੋਲ ਰਾਸ਼ਟਰਪਤੀ ਕਰੇਗਾ ਸਰ ਇੱਕ ਹੋਰ ਤਰੀਕਾ ਹੈ 네ਗੇਟਿਵ ਮਾਰਕਿੰਗ ਤੋਂ ਬਚੰਦਾ ਸਾਰੇ ਕੁਐਸਚਨ ਛੱਡ ਦੋ ਨਹੀਂ ਜਿਹੜੇ ਆਂਦੇ ਉਹ ਤਾਂ ਕਰੋ ਨਾ ਦੇਖੋ ਐਮਐਲਏ ਇਲੈਕਸ਼ਨ ਦੇਖੋ ਆਰ ਲੋ ਆ ਕੇਂਦਰ ਸਰਕਾਰ ਦੇ ਇਲੈਕਸ਼ਨ ਹੋ ਜਾਣ ਕੇਂਦਰ ਵਿੱਚ ਕਿੰਨੇ-ਕਿੰਨੇ ਹੋਣਗੇ ਪ੍ਰੈਜ਼ੀਡੈਂਟ ਹੋ ਗਿਆ ਵਾਈਸ ਪ੍ਰੈਜ਼ੀਡੈਂਟ ਹੋ ਗਿਆ ਐਮਪੀ ਮਤਲਬ ਲੋਕ ਸਭਾ ਰਾਜ ਸਭਾ ਹੋਗੀ ਜਾਂ ਪ੍ਰਧਾਨ ਮੰਤਰੀ ਜਿੰਨੇ ਤੁਸੀਂ ਕਹਿ ਦੋ ਇਹ ਸਾਰਿਆਂ ਦੇ ਇਲੈਕਸ਼ਨ ਵੀ ਇਹ ਕਰਾਏਗਾ ਸਟੇਟ ਦੀ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਮਤਲਬ ਐਮਐਲਏ ਦੇ ਇਲੈਕਸ਼ਨ ਦੇ ਐਮਐਲਸੀ ਦੇ ਇਲੈਕਸ਼ਨ ਵੀ ਇਹੀ ਕਰਵਾਏਗਾ ਕੇਂਦਰ ਸਰਕਾਰ ਵਾਲਾ ਕਰਾਏਗਾ ਜਿੱਦੀ ਸਥਾਪਨਾ 25 ਜਨਵਰੀ 1950 ਨੂੰ ਹੋਈ ਸੀ ਤਾਂ ਐਸੇ ਕਰਕੇ 25 ਜਨਵਰੀ ਨੂੰ ਆਪਾਂ ਵੋਟਰਸ ਡੇ ਮਨਾਣੇ ਹਾਂ ਓਕੇ ਚਲੋ ਜੀ ਅੱਗੇ ਚੱਲਦੇ ਆਂ ਹਾਊ ਲੌਂਗ ਆ ਪਰਸਨ ਸ਼ੁੱਡ ਹੈਵ ਅ ਪ੍ਰੈਕਟਿਸਡ ਇਨ ਅ ਹਾਈ ਕੋਰਟ ਕਹਿੰਦੇ ਕਿੰਨੇ ਸਾਲਾਂ ਤੱਕ ਇੱਕ ਬੰਦੇ ਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ ਕਿੱਥੇ ਪ੍ਰੈਕਟਿਸ ਕਰਨੀ ਚਾਹੀਦੀ ਹੈ ਹਾਈ ਕੋਰਟ ਦੇ ਵਿੱਚ ਟੂ ਬੀ ਐਲੀਜੀਬਲ ਟੂ ਬੀ ਅਪੋਇੰਟਡ ਐਸ ਜੱਜ ਆਫ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਜੱਜ ਬਣਨ ਵਾਸਤੇ ਕਿੰਨੇ ਸਾਲਾਂ ਤੱਕ ਉਹ ਹਾਈ ਕੋਰਟ ਦੇ ਵਿੱਚ ਇੱਕ ਪ੍ਰੈਕਟਿਸ ਕਰੇਗਾ ਕਾਦੇ ਵਾਸਤੇ ਹਾਈ ਕੋਰਟ ਵਿੱਚ ਹਾਂ ਦੱਸੋ 10 ਸਾਲਾਂ ਸੇ 15 ਸਾਲਾਂ ਸੇ 12 ਸਾਲਾਂ ਸੇ 5 ਸਾਲਾਂ ਸੇ ਸੋ 올 ਦੀ ਮਨੀ ਆਫ ਦਾ ਕੰਸੋਲੀਡੇਟਡ ਫੰਡ ਆਫ ਇੰਡੀਆ ਸ਼ੁੱਡ ਬੀ ਸਪੈਂਡ ਆਫਟਰ ਦੀ ਪ੍ਰੋਪਰ ਅਪਰੂਵਲ ਆਫ ਦੀ ਲੋਕ ਸਭਾ ਔਰ ਪਾਰਲੀਮੈਂਟ ਪਾਰਲੀਮੈਂਟ ਲਾਵਾਂਗੇ ਜੀ ਉਹਨਾਂ ਦੇ ਪਾਰਲੀਮੈਂਟ ਅਪਰੂਵਲ ਦੇਗੀ ਪਾਰਲੀਮੈਂਟ ਅਪਰੂਵ ਲੜ ਦੇਗੀ ਠੀਕ ਹੈ ਪਾਰਲੀਮੈਂਟ ਸਰ ਮੈਂ ਜੁੰਡ ਜਮਾ ਉੱਤੇ ਪਤਾ ਨਹੀਂ ਕੀ ਟੋਕਿਆ ਚਲੋ ਕੋਈ ਗੱਲ ਨਹੀਂ ਸੋ ਯਾ ਤਾਂ ਉਹ 10 ਸਾਲਾਂ ਲਈ ਐਡਵੋਕੇਟ ਹੋਵੇ ਆ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਹੋਣ ਯੋਗ ਲਈ ਕਿਸੇ ਵਿਅਕਤੀ ਨੂੰ ਉੱਚ ਅਦਾਲਤ ਵਿੱਚ ਕਿੰਨਾ ਸਮਾਂ ਅਭਿਆਸ ਕਰਨਾ ਚਾਹੀਦਾ ਹੈ ਯਾ ਤਾਂ 10 ਸਾਲ ਵਾਸਤੇ ਉਹ ਕੀ ਹੋਣਾ ਚਾਹੀਦਾ ਹੈ ਯਾ ਤਾਂ 10 ਸਾਲ ਵਾਸਤੇ ਉਹ ਐਡਵੋਕੇਟ ਹੋਵੇ ਵਕੀਲ ਹੋਵੇ ਯਾ ਉਹ 5 ਸਾਲ ਵਾਸਤੇ ਕੀ ਹੋਵੇ ਜੱਜ ਹੋਵੇ ਸੋ অপਸ਼ਨ ਦੇ ਵਿੱਚ ਇੱਥੇ ਕੁਐਸਚਨ ਦੇ ਵਿੱਚ ਥੋੜੀ ਜੀ ਗਲਤੀ ਮੈਂ ਦੱਸ ਕੱਢ ਸਕਦਾ ਕਿਉਂਕਿ ਐਥੇ ਹੁਣ ਦੋਨੋਂ ਆਪਸ਼ਨਾਂ ਦਿੱਤੀਆਂ ਹੋਈਆਂ ਦੋਨੋਂ ਆਪਸ਼ਨਾਂ ਦਿੱਤੀਆਂ ਹੋਈਆਂ ਸੋ ਆਪਾਂ ਇੱਥੇ ਜੱਜ ਕੀ ਆਪਣਾ ਆਪਸ਼ਨ ਵੈਸੇ ਤਾਂ ਗਲਤ ਹੈ ਆਪਾਂ ਗੱਲ ਕਰੀਏ ਤਾਂ ਆਪਾਂ ਇੱਥੇ ਥੋੜਾ ਜਿਹਾ ਕੁਐਸਚਨ ਚੇਂਜ ਕਰ ਦਿੰਦੇ ਆ ਜੋ ਕਹ ਦਿੰਦੇ ਵੀ ਹਾਈ ਕੋਰਟ ਦੇ ਵਿੱਚ ਜੱਜ ਵਜੋਂ ਕਿੰਨੇ ਸਾਲ ਤਾਂ 5 ਸਾਲ ਜੇ ਐਡਵੋਕੇਟ ਬਲੋ ਕਿੰਨੇ ਸਾਲ 10 ਸਾਲ ਸੋ ਇੱਥੇ 10 ਸਾਲ ਆਪਸ਼ਨ ਨੂੰ ਜ਼ਿਆਦਾ ਮੰਨਿਆ ਜਾਏਗਾ ਮੈਂ ਜੁਆਇਨਿੰਗ ਕਦੋਂ ਕਰਨੀ ਸੀ ਦੇਖੋ ਮੈਂ ਜੁਆਇਨਿੰਗ ਨਹੀਂ કરી ਤਾਂ ਸ਼ਾਇਦ ਨਾ ਹੀ ਕਰਾਂ ਹਨਾ ਚਲੋ ਅੱਗੇ ਚੱਲਦੇ ਜੁਆਇਨਿੰਗ ਵਾਲੀ मेरी मेरी मम्मी मम्मी ने मम्मी डांट तो क्यों नहीं करता अगले द मिनिमम एज फॉर ए कैंडिडेट कितने साल उम्र चाहिए? Okay. चाहिए कितने साल उम्र चाहिए कितने साल उम्र चाहिए कितने साल चाहिए जी कितने साल चाहिए प्रेसिडेंट हो, हो गया गवर्नर हो गया उन्होंने पैंती साल ਦੈਨ ਉਹਦੇ ਬਾਅਦ ਆਪਣੇ ਕੋਲ ਵਿਧਾਨ ਪਰਿਸ਼ਦ ਹੋਗੀ ਜਾਂ ਰਾਜ ਸਭਾ ਹੋਗੀ ਉਹਨਾਂ ਵਾਸਤੇ 30 ਸਾਲ ਜੇ ਲੋਕ ਸਭਾ ਹੋਗੀ ਜਾਂ ਫਿਰ ਆਪਣੇ ਕੋਲ ਵਿਧਾਨ ਸਭਾ ਹੋਗੀ ਜਾਂ ਪ੍ਰਧਾਨ ਮੰਤਰੀ ਹੋ ਗਿਆ ਜਾਂ ਮੁੱਖ ਮੰਤਰੀ ਹੋ ਗਿਆ 25 ਸਾਲ ਕਿੰਨੀ ਵਾਰ ਮੈਂ ਦੱਸ ਚੁੱਕਿਆ ਸੋ 35 ਸਾਲ ਉਮਰ ਚਾਹੀਦੀ ਹੈ 35 ਸਾਲ ਉਮਰ ਚਾਹੀਦੀ ਹੈ ਓਕੇ ਅਗਲੇ ਕੁਐਸਚਨ ਤੇ ਚੱਲਦੇ ਆ ਨੈਕਸਟ ਕੁਐਸਚਨ ਦੇ ਉੱਪਰ ਸਪੈਸ਼ਲ ਸਟੇਟਸ ਟੂ ਜੰਮੂ ਐਂਡ ਕਸ਼ਮੀਰ ਇਜ਼ ਗਰਾਂਟਡ ਅੰਡਰ ਵਿਚ ਆਰਟੀਕਲ ਜਿਹੜਾ ਸਪੈਸ਼ਲ ਸਟੇਟਸ ਹੈ ਜੰਮੂ ਕਸ਼ਮੀਰ ਨੂੰ ਦਿੱਤਾ ਗਿਆ ਉਹ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਗਿਆ ਸੋਸ਼ੀਅਲ ਰਿਲੀਜੀਅਸ ਮੂਵਮੈਂਟ ਕਰਵਾ ਦਾਂਗੇ ਜੀ ਕਰਵਾ ਦਾਂਗਾ ਪੰਜਾਬ ਗਵਰਨਮੈਂਟ ਤੁਹਾਨੂੰ ਬਲੌਕ ਕਰ ਦੋ ਗੁਰਦੀਪ ਐਦਾ ਕਿੱਦਾਂ ਬਲੌਕ ਕਰ ਦੋ ਸੋ ਮੇਰੇ ਥੋੜੇ ਜਿਹਾ ਪੇਪਰ ਕਲੀਅਰ ਹੋਇਆ ਸੱਤ ਕੁ ਤਾਂ ਪੇਪਰ ਕਲੀਅਰ ਹੈ ਬਸ ਇਹਨਾਂ ਸੱਤ ਕੁ ਤਾਂ ਪੇਪਰ ਕਲੀਅਰ ਤਾਂ ਜ਼ਿਆਦਾ ਤਾਂ ਹੈ ਹੀ ਨਹੀਂ ਐਵੇਂ ਕਿਵੇਂ ਬਲੌਕ ਕਰ ਦੋਗੇ

ਤੋ ਯੂਹੀ ਆਪਣੇ ਇਰਾਦੇ ਨਾ ਬਦਲ ਕਿਉਂਕਿ ਤੇਰੀ ਕਿਸਮਤ ਕਭੀ ਵੀ ਬਦਲ ਸਕਦੀ ਹੈ ਬਿਲਕੁਲ ਕਦੋਂ ਮਰਜੀ ਕਿਸਮਤ ਇਹ ਚੇਂਜ ਆ ਸਕਦਾ ਹੈ ਕਦੋਂ ਮਰਜੀ ਤੁਹਾਡੀ ਜਿਹੜੀ ਲੋਟਰੀ ਲੱਗ ਸਕਦੀ ਹੈ ਇੱਕ ਲੋਟਰੀ ਨਹੀਂ ਨਿਕਲੀ ਦੂਜੀ ਨਹੀਂ ਨਿਕਲੀ ਸ਼ਾਇਦ 15ਵੀਂ ਨਿਕਲ ਜੇ ਸ਼ਾਇਦ 50 ਨੰਬਰ ਦੀ ਲੋਟਰੀ ਨਿਕਲ ਜੇ ਸੋ ਟ੍ਰਾਈ ਕਰਦੇ ਰਹੋ ਕਿਪ ਟ੍ਰਾਈਂਗ ਯਾਰ ਆ ਸਕਦੇ ਆ ਯਾਰ ਕਿਉਂ ਨਹੀਂ ਆ ਸਕਦੇ ਸੋ 370 ਨੰਬਰ ਆਰਟੀਕਲ ਜੰਮੂ ਕਸ਼ਮੀਰ ਦਾ ਸੀ ਬਿਲਕੁਲ 5 ਜੂਨ ਨੂੰ ਨਵਾਂ ਬੈਚ ਸਟਾਰਟ ਹੋਇਆ ਆਣਾ ਇੱਥੇ ਆ ਕੇ ਲਗਾ ਲੋ ਨਹੀਂ ਤਾਂ ਆਨਲਾਈਨ ਲਗਾ ਲੋ ਪੰਜਾਬ ਦੇ ਪੇਪਰਾਂ ਵਾਸਤੇ ਸਪੈਸ਼ਲ ਬੈਚ ਹੈ हर मेन और सरकारी नौकरी का मेन मिशन चल रहा है कूपन कोड लगाओगे अरोड़ा एक दो तीन जिंद कर बैच की वैलिडिटी छह महीने की मिलेगी प्लस लाइव बैच भी मिलेगा सारा रिकॉर्डेड बैच भी मिलेगा घर बैठ के लगा लो चाहे कोई दिक्कत वाली गल नहीं है उधर नहीं आती मेरी चली गई वाह नहीं ਅਗੇ ਦਾ ਆਫਿਸ ਆਫ ਦਾ ਲੋਕਪਾਲ ਲੋਕਪਾਲ ਤੇ ਲੋਕਾਇਕਤ ਦਾ ਜਿਹੜਾ ਇੰਡੀਆ ਦੇ ਵਿੱਚ ਆਫਿਸ ਹੈਗਾ ਉਹ ਕਿੰਦੇ ਬੇਸ ਤੇ ਹੈਗਾ ਚਲੋ ਹੁਣ ਕਹਿੰਦੇ ਸੀ ਸਰ ਹੁਣ ਕੰਬਿਟਿਸ਼ਨ ਵੱਧ ਗਿਆ ਕਿ ਉਹ ਜਿਹੇ ਕੁਐਸਚਨ ਆਣਗੇ ਤਾਂ ਉਹ ਜਿਹੇ ਕੁਐਸਚਨ ਨਹੀਂ ਆਵਲ ਦੱਸੋ ਸਰ ਇੱਕ ਹੋਰ ਹੈਗਾ ਜੰਮੂ ਕਸ਼ਮੀਰ ਵਾਲਾ ਆਰਟੀਕਲ ਉਹ ਵੀ ਦੱਸ ਰਜਿੰਦਰ ਸਿੰਘ ਯੋ 35ਏ ਹੈਗਾ 35ਏ ਆਰਟੀਕਲ ਹੈਗਾ 35ਏ ਆਰਟੀਕਲ ਉਹਦੇ ਵਿੱਚ ਜੰਮੂ ਕਸ਼ਮੀਰ ਦੇ ਸਿਟੀਜ਼ਨਸ ਨੂੰ ਸਪੈਸ਼ਲ ਰਾਈਟ ਦਿੱਤੇ ਗਏ ਸੀ ਐਡਮਿਟ ਕਾਰਡ ਕਦੋਂ ਆਉਣੇ ਆ ਜੀ ਕਨਸਟੇਬਲ ਦੇ ਹਜੇ ਕੋਈ ਪਤਾ ਨਹੀਂ ਕਦੋਂ ਆਉਣੇ ਐਡਮਿਟ ਕਾਰਡ ਮੈਂ ਬਾਬਾ ਖਾਨ ਬੰਗਾਲੀ ਨੂੰ ਤਰੀਕ ਤਾਂ ਪੁੱਛੀ ਸੀ ਤਾਂ ਉਹ ਕਹਿੰਦੇ ਇਸੇ ਤਰੀਕ ਤਨੂੰ ਅਗਾਊਂ ਅਨਾਉਂਸ ਕਰ ਦਿੱਤੀ ਗਿਆ ਅਗਸਤ ਦੇ ਆਸ-ਪਾਸ ਪੇਪਰ ਹੋ ਜਾਏਗਾ ਪੱਲਾ ਪੱਲਾ ਸਿੱਧੂ ਤੁਹਾਨੂੰ ਬੜਾ ਪਤਾ ਮੇਰੇ ਬਾਰੇ ਪੁਨੀ ਸਰ ਨੂੰ ਬੁਲਾ ਲ ਪੁਨੀ ਸਰ ਆਣਗੇ ਹਜੇ ਲੇਟ ਕਿੰਨੇ ਵਜਾਂਦੇ ਨੇ ਉਹ ਉਥੇ 8 ਵਜੇ ਕਲਾਸ ਹੁੰਦੀ ਉਹਨਾਂ ਦੀ ਹੈ ਨਾ ਸਰ ਮਾਸਟਰ ਗੈਟਰ ਦੀ ਚਲੋ ਠੀਕ ਹੈ ਅਗੇ ਦੱਸੋ ਜੀ ਲੋਕਪਾਲ ਦੇ ਲੋਕਾਇਕਤ ਗਾਦੇ ਵਾਸਤੇ ਹੈਗੇ ਆ ਹੁਣ ਦੱਸੋ ਕਹਿੰਦੇ ਇਹ ਪੇਪਰੇ ਸੋਖੇ ਸੋਖੇ ਕੁਸ਼ਣ ਆਣਗੇ ਤਾਂ ਪੇਪਰ ਦੇ ਵਿੱਚ ਸੋਖੇ ਕੁਸ਼ਣ ਵੀ ਆਉਂਦੇ ਆ ਓਕੇ ਵੀ ਆਉਂਦੇ ਆ ਐਗਜ਼ਾਮੀਨਰ ਕਦੇ ਵੀ ਸਾਰੇ ਦੇ ਸਾਰੇ ਕੁਸ਼ਣ ਜਿਹੜੇ ਆ ਉਹ ਬਿਲਕੁਲ ਸੋਖੇ ਨਹੀਂ ਬੰਦਾ ਹੁੰਦਾ ਨਾ ਹੀ ਓਕੇ ਬੰਦਾ ਹੁੰਦਾ ਮੇਰਾ ਭਰਾ 8th ਕਲਾਸ ਤੋਂ ਹੋ ਗਿਆ ਜੀ ਉਹ ਕਹਿੰਦਾ ਮੈਂ ਅੰਕੁਸ਼ ਸਰਵਰ ਦਾ ਬੰਨਣਾ ਕੀ ਕਰਨ ਲਗਾ ਦੀਓ ਉਹਨਾਂ ਨੂੰ ਜੀ ਦੇਖੋ ਜਸ ਮੈਂ ਜਿਹੜਾ ਆਪਣਾ ਸਟਾਰਟਿੰਗ ਤੋਂ ਇੱਕ ਨੋਰਮਲ ਐਵਰੇਜ ਦਾ ਸਟੂਡੈਂਟ ਰਹਾ ਮੈਂ ਮੇਰੇ ਕੋਈ ਉਹ ਨਹੀਂ ਆ ਹਾਂ 9th 10th ਤੱਕ ਤਾਂ ਮੈਂ ਟੋਪਰ ਟੋਪਰ ਆ ਤਾਂ ਐਸੀ ਕਰਕੇ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਜਿਹੜੀ ਆ ਨੋਲਿਜ ਆ ਹੈ ਮੇਰੀ ਬੀਕੋਮ ਮੈਮਕੋਮ ਹੈ ਯਾਰ ਮੈਂ ਤਾਂ ਕਮਰਸ ਦਾ ਸਟੂਡੈਂਟ ਹਾਂ ਮੈਂ ਪੜ੍ਹਾਈ ਵੀ ਇੱਥੇ ਪੋਲੀਟੀ ਹਿਸਟਰੀ ਹੋ ਰਿਹਾ 7 ਸਾਲ ਹੋ ਜਾਣਗੇ ਹੁਣ ਪਰ ਆਉਂਦੇ ਹੋਏ ਸੋ ਹਰ ਚੀਜ਼ ਐਕਸਪੀਰੀਅੰਸ ਨਾਲ ਆਉਂਦੀ ਆ ਤਾਂ ਉਹ ਵੱਡਾ ਹੋ ਕੇ ਜੇ ਇੱਕ ਲਾਈਨ ਪਕੜ ਲਏਗਾ ਸਿੰਗਲ ਲਾਈਨ ਨੂੰ ਚੂਜ਼ ਕਰ ਲਏਗਾ ਤਾਂ ਉਹ ਜਿੱਥੇ ਮਰਜ਼ੀ ਪਹੁੰਚ ਸਕਦਾ ਸਿੰਪਲ ਜੀ ਗੱਲ ਹੈ ਹਾਂ ਕਾਲੇ ਦੀ ਘਰ ਵਾਲੀ ਨਾਲ ਹੀ ਫਿਰਦੇ ਰਹਿੰਦੇਗੇ ਸਾਰਾ ਦਿਨ ਹਾਂ ਬਿਲਕੁਲ ਦੁਖੀ ਆਤਮਾ ਉਦਾਸ ਰਹੇਗਾ ਯਾਰ ਨਾਮ ਜੀ ਇਹ ਨਹੀਂ ਕਰੋ ਮੈਨੂੰ ਦੁਖੀ ਆਤਮਾ ਬਰ ਨਾਮ ਨਹੀਂ ਪਸ ਚਲੋ 72 ਨੰਬਰ ਕੁਸਚਨ ਹੈ ਆਫਿਸ ਆਫ ਦਾ ਲੋਕਪਾਲ ਦੇ ਲੋਕਾਇੂ ਦੇਖੋ ਕੇਂਦਰ ਸਰਕਾਰ ਦੇ ਵਿੱਚ ਲੋਕਪਾਲ ਦਾ ਆਫਿਸ ਹੋਏਗਾ ਤੇ ਰਾਜ ਸਰਕਾਰ ਦੇ ਵਿੱਚ ਕਿਹਦਾ ਆਫਿਸ ਹੋਏਗਾ ਆਪਣੇ ਕੋਲ ਉਹ ਆਫਿਸ ਹੋਏਗਾ ਆਪਣੇ ਕੋਲ ਲੋਕਾਇਕਤ ਦਾ 549 ਕੋਈ ਗੱਲ ਨਹੀਂ ਸੋ ਆਪਣੇ ਕੋਲ ਲੋਕਪਾਲ ਦੇ ਲੋਕਾਇੂ ਦੇ ਆਫਿਸ ਕਾਦੇ ਵਾਸਤੇ ਬਣਾਏ ਗਏ ਨੇ ਆਪਣੇ ਕਿੱਥੋਂ ਲਏ ਹੋਏ ਆ ਓਮਬਡਸਮੈਨ ਇਨ ਸਕੈਂਡੇਵੀਅਨ ਸਕੈਂਡੇਨੀਅ ਸਕੈਂਡੇਵੀਆ ਕੰਟਰੀ ਜਿਹੜੇ ਹੈਗੇ ਆ ਉੱਥੋਂ ਦੀ ਆਪਾਂ ਇਹ ਚੀਜ਼ ਲਈ ਹੈ ਤੇ ਆਪਣੇ ਇੰਡੀਆ ਦੇ ਵਿੱਚ ਕਰਪਸ਼ਨ ਨੂੰ ਦੂਰ ਕਰਨ ਵਾਸਤੇ ਇਹ ਆਫਿਸ ਬਣਾਏ ਗਏ ਨੇ ਕਰਪਸ਼ਨ ਨੂੰ ਦੂਰ ਕਰਨ ਵਾਸਤੇ ਆਫਿਸ ਬਣਾਏ ਗਏ ਨੇ ਓਕੇ ਜੀ ਕਹਿੰਦੇ ਸਰ ਜਿਹੜੇ ਤੁਸੀਂ ਐਮਸੀਕਿਊਜ਼ ਕਰਵਾਣੇ ਹੋ ਉਹਦੇ ਨੋਟਸ ਬਣਾਣੇ ਹੋ। ਅਗੋਰੀ ਸ਼ਰਮਾਇੰਦੇ ਕੀ ਨੋਟਸ ਬਣਾਵਾਂਗਾ। ਇਹ ਤਾਂ ਸਿੱਧਾ ਪ੍ਰੀਵੀਅਸ ਇਅਰ ਪੇਪਰਾਂ ਦੇ ਵਿੱਚ ਕੁਐਸਚਨ ਚੱਕੇ ਗਿਆ। ਮੈਂ ਪੜ੍ਹ ਕੇ ਥੋੜੀ ਆ ਰਿਆਂ। ਇਹ ਕੁਐਸਚਨ ਮੈਨੂੰ ਆਂਦੇ ਨੇ ਯਾਰ। ਕੁਐਸਚਨ ਆਂਦੇ ਆ ਕੁਐਸਚਨ ਟਾਈਪ ਹੋ ਜਾਂਦੇ ਆ। ਦੈਨ ਉਹਦੇ ਬਾਅਦ ਸਿੱਧਾ ਸਿੱਧਾ ਮੈਂ ਐਕਸਪਲੇਨ ਕਰ ਦੇਣਾ। ਹੁਣ ਵੈਨ ਡਿਡ ਇੰਡੀਆ ਬਿਕਮਸ ਅ ਰਿਪਬਲਿਕ? ਹੁਣ ਜੇ ਮੈਂ ਇਹਦੇ ਨੋਟਸ ਬਣਾਣ ਲੱਗ ਜਾ ਤਾਂ ਮੈਂ ਅੱਜ ਹੀ ਕਸਾਮ ਨੇ ਕਾਪੀ ਰੱਖਾਂਗਾ। ਕਾਪੀ ਰੱਖ ਕੇ ਦੇਖ ਦੇਖ ਕੇ ਪੜ੍ਹਾਵਾਂਗਾ ਤੁਹਾਨੂੰ। ਮੱਥੇ ਦੇ ਵਿੱਚ ਦਿਮਾਗ ਦੇ ਵਿੱਚ ਫਿੱਟ ਕਰਕੇ ਲੈ ਕੇ ਆਇਆ ਹੋਇਆ ਠੀਕ ਹੈ ਮੇਰਾ ਵਿਆਹ ਕਦੋਂ ਹੈ ਚੰਨੀ ਸਾਹਿਬ ਆਏ ਨੇ ਚਰਨਜੀਤ ਸਿੰਘ ਚੰਨੀ ਸਾਹਿਬ ਆਪਣੇ ਕੋਲ ਆ ਚੁੱਕੇ ਆ ਸੀਐਮ ਸਾਹਿਬ ਸੀਐਮ ਸਾਹਿਬ ਇਹ ਵਿਆਹ ਦੀ ਤਾਰੀਖ ਪੁੱਛ ਰਿਹਾ ਮੇਰੇ ਦੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਹਜੇ ਹੈ ਇਹ ਇਹ ਗੱਲ ਮੈਂ ਨਹੀਂ ਕਹਿੰਦਾ ਇਹਨਾਂ ਨੂੰ ਇਹਨਾਂ ਨੇ ਬਹੁਤ ਸੋਨੇ ਸੋਨੇ ਕਮੈਂਟ ਮਾਰ ਰਹੇ ਨੇ ਫਿਰ ਕਿਹਾ ਇੰਡੀਆ ਕਦੋਂ ਰਿਪਬਲਿਕ ਬਣਿਆ ਸੋ ਰਿਪਬਲਿਕ ਡੇ ਕਦੋਂ ਮਨਾਇਆ ਜਾਂਦਾ ਰਿਪਬਲਿਕ ਡੇ ਮਨਾਇਆ ਜਾਂਦਾ ਆਪਣੇ ਕੋਲ 26 ਜਨਵਰੀ 1950 ਨੂੰ ਸਭ ਨੂੰ ਪਤਾ ਹੈ ਕਿਉਂਕਿ ਐਸ ਦਿਨ ਸੰਵਿਧਾਨ ਲਾਗੂ ਹੋਇਆ ਸੀ ਸੰਵਿਧਾਨ ਲਾਗੂ ਹੋਇਆ ਤਾਂ ਪੇਪਰ ਦੇ ਵਿੱਚ ਦੋ ਵਰਡ ਦਿੱਤੇ ਜਾਂਦੇ ਨੇ ਐਸਸੀ ਨੂੰ ਲੈ ਕੇ ਐਨਫੋਰਸਮੈਂਟ ਐਨਫੋਰਸਮੈਂਟ ਦਾ ਮਤਲਬ ਹੁੰਦਾ ਸੰਵਿਧਾਨ ਦਾ ਲਾਗੂ ਹੋਣਾ ਦੂਜਾ ਵਰਡ ਆਪਣੇ ਕੋਲ ਆਉਂਦਾ ਕਮੈਂਸਮੈਂਟ ਕਮੈਂਸਮੈਂਟ ਦਾ ਮਤਲਬ ਹੁੰਦਾ ਸੰਵਿਧਾਨ ਨੇ ਕੰਮ ਕਦੋਂ ਸ਼ੁਰੂ ਤਾਂ ਪੇਪਰ ਦੇ ਵਿੱਚ ਕੁਐਸਚਨ ਇੱਕ ਆਇਆ ਹੋਇਆ ਰਿਪਬਲਿਕ ਦਾ ਮਤਲਬ ਕੀ ਹੁੰਦਾ ਦੇਖੋ ਆਪਣੇ ਜਿਹੜੇ ਦੇਸ਼ ਦਾ ਹੈੱਡ ਹੁੰਦਾ ਦੇਸ਼ ਦੇ ਹੈੱਡ ਕੋਣ ਹੈਗੇ ਨੇ ਮੇਨ ਆਪਣੇ ਇੱਕ ਸਰਕਾਰ ਦੇ ਹੈੱਡ ਹੁੰਦੇ ਆ ਡਾਇਲੌਗ ਸੁਣਨਾ ਅਬ ਕੀ ਬਾਾਰ ਮੋਦੀ ਸਰਕਾਰ ਸੋ ਸਰਕਾਰ ਦੇ ਹੈੱਡ ਹਮੇਸ਼ਾ ਪ੍ਰਧਾਨ ਮੰਤਰੀ ਹੁੰਦਾ ਥੈਨ ਅਗਰ ਅ ਮੈਂ ਗੱਲ ਕਰਦਾ ਆਪਣੇ ਦੇਸ਼ ਦੇ ਹੈੱਡ ਦੀ ਉਹ ਕੋਣ ਹੁੰਦੇ ਨੇ ਆਪਣੇ ਪ੍ਰੈਜ਼ੀਡੈਂਟ ਸਾਹਿਬ ਸੋ ਐਸਕਰ ਸਾਹਿਬ ਨਹੀਂ ਹੈਗੇ ਪ੍ਰੈਜ਼ੀਡੈਂਟ ਸਾਹਿਬਾਨ ਜੀ ਹੈਗੇ ਨੇ ਤਾਂ ਰਾਸ਼ਟਰਪਤੀ ਜਿਹੜੇ ਹੁੰਦੇ ਆ ਉਹ ਦੇਸ਼ ਦੇ ਹੈੱਡ ਹੁੰਦੇ ਆ ਦੇਸ਼ ਦੇ ਹੈਡ ਹੁੰਦੇ ਆ ਤਾਂ ਇੱਥੇ ਇਹ ਕਿਹਾ ਜਾ ਰਿਹਾ ਜਿਹੜਾ ਵੀ ਆਪਣੇ ਇੰਡੀਆ ਦੇਸ਼ ਦਾ ਹੈਡ ਹੋਏਗਾ ਉਹ ਹਮੇਸ਼ਾ ਦੀ ਹਮੇਸ਼ਾ ਇਲੈਕਟਿਡ ਹੋਏਗਾ ਇਲੈਕਟਿਡ ਮਤਲਬ ਚੋਣਾਂ ਨਾਲ ਆਏਗਾ ਹੈਰੀਡਿਟਰੀ ਬੇਸਿਸ ਤੇ ਨਹੀਂ ਆਏਗਾ ਜਿਵੇਂ ਬਾਬਰ ਮਰਿਆ ਸੀ ਉਹਦਾ ਮੁੰਡਾ ਗੱਦੀ ਤੇ ਬੈਠਾ ਸੀ ਹਮਾਇੂ ਮਰਿਆ ਉਹਦਾ ਮੁੰਡਾ ਗੱਦੀ ਤੇ ਬਹਿ ਗਿਆ ਵੰਸ਼ਿਕ ਸਿਸਟਮ ਨਹੀਂ ਹੋਏਗਾ ਸੋ ਇਹ ਹੁੰਦਾ ਰਿਪਬਲਿਕ ਦਾ ਮੀਨਿੰਗ ਹੈ ਜਿਹੜਾ ਪੇਪਰ ਚ ਆਇਆ ਹੋਇਆ ਜੇ ਤੁਹਾਨੂੰ ਪਤਾ ਵੀ ਹੋਵੇ ਰਿਪਬਲਿਕ ਦੇ ਮਨਾਨੇ ਆ ਰਿਪਬਲਿਕ ਦਾ ਮਤਲਬ ਕੀ ਹੁੰਦਾ ਇਹ ਹੁੰਦਾ ਵੀ ਦੇਸ਼ ਦਾ ਹੈਡ ਹਮੇਸ਼ਾ ਇਲੈਕਟਿਡ ਹੋਣਾ ਚਾਹੀਦਾ ਹੈ देयर विल बी नो ਇਨ ਦਿਸ ਸਿਸਟਮ ਆਫ ਇੰਡੀਆ ਚਲੋ ਸੈਕਿੰਡ ਲਾਸਟ ਕੁਐਸਚਨ ਅੱਜ ਦਾ ਰਾਈਟ ਟੂ ਪ੍ਰੋਪਰਟੀ ਵਾਸ ਰਿਮੂਵਡ ਫਰਮ ਦਾ ਲਿਸਟ ਆਫ ਫੰਡਾਮੈਂਟ ਰਾਈਟਸ ਮੈਂ ਤੁਹਾਨੂੰ ਕਿੰਨੀ ਵਾਰ ਦੱਸਿਆ ਹੈ ਆਪਣੇ ਕੋਲ ਪਹਿਲਾਂ 7 ਫੰਡਾਮੈਂਟ ਰਾਈਟਸ ਸੀ ਹੁਣ ਇੱਕ ਬਾਹਰ ਜਾ ਚੁੱਕਿਆ ਹੈ ਐਟ ਪ੍ਰੈਜ਼ੈਂਟ ਦੇਰ ਆ ਟੋਟਲ 6 ਫੰਡਾਮੈਂਟ ਰਾਈਟ 6 ਫੰਡਾਮੈਂਟ ਰਾਈਟ ਹੈ ਰਾਈਟ ਟੂ ਪ੍ਰੋਪਰਟੀ ਬਾਹਰ ਚਲਾ ਗਿਆ ਸੀ ਰਾਈਟ ਟੂ ਪ੍ਰੋਪਰਟੀ 44th ਨੰਬਰ ਅਮੈਂਡਮੈਂਟ 1978 ਦੇ ਵਿੱਚ ਬਾਹਰ ਚਲਾ ਗਿਆ ਸੀ ਉਸ ਟਾਈਮ ਆਪਣੇ ਇੰਡੀਆ ਦੇ ਪਹਿਲੇ ਗੈਰ ਕਾਂਗਰਸੀ ਫਸਟ ਨੋਨ ਕਾਂਗਰਸ ਪ੍ਰਧਾਨ ਮੰਤਰੀ ਆਪਣੇ ਇੰਡੀਆ ਦੇ ਬਣੇ ਸੀ ਉਹਨਾਂ ਦਾ ਨਾਮ ਕੀ ਸੀ ਉਹਨਾਂ ਦਾ ਨਾਮ ਕੀ ਸੀ ਜਲਦੀ ਜਲਦੀ ਚਲੋ ਕੌਣ ਸੀ ਜਲਦੀ ਇਹ ਦੱਸੋ ਬਿਲਕੁਲ ਜੀ ਮੋਰਾਰਜੀ ਦੇਸਾਈ ਬੀ ਆਪਸ਼ਨ ਆ ਰਹੀ ਹੈ ਸਾਰਿਆਂ ਦੀ ਮੋਰਾਰਜੀ ਦੇਸਾਈ ਮੋਰਾਰਜੀ ਦੇਸਾਈ ਨੇ ਇੱਕ ਆਂਡ ਕਰਿਆ ਸੀ ਕਾਂਡੀ ਦਾ ਸੈਂਸ ਵੱਲ ਇਹ ਚੇਂਜ ਕਰਿਆ ਸੀ ਆਪਣੇ ਇੰਡੀਆ ਵਿੱਚ ਤੇ ਇਹਨੂੰ 300 ਏ ਆਰਟੀਕਲਸ ਲੱਗੇ ਸੀ ਲਾਸਟ ਥਿੰਗ ਇਜ਼ ਨੈਸ਼ਨਲ Song of India was composed by ਸੋ ਨੈਸ਼ਨਲ ਐਂਥਮ ਬਾਰੇ ਆਪਾਂ ਪਹਿਲਾਂ ਪੜਿਆ ਸੀ ਰਵਿੰਦਰਨਾਥ ਟੈਗੋਰ ਗੀਤਾਂਜਲੀ ਕਿਤਾਬ ਦੇ ਵਿੱਚੋਂ 27 ਦਸੰਬਰ 1911 ਪਹਿਲੀ ਵਾਰੀ ਗਾਇਆ ਗਿਆ ਤੇ 24 ਜਨਵਰੀ 1950 ਨੂੰ ਆਪਾਂ ਉਹਨੂੰ ਅਡਾਪਟ ਕਰ ਲਿਆ ਸੋ 24 ਜਨਵਰੀ 1950 ਨੂੰ ਨੈਸ਼ਨਲ Song ਤੇ ਨੈਸ਼ਨਲ ਐਂਥਮ ਦੋਨਾਂ ਨੂੰ ਅਡਾਪਟ ਕੀਤਾ ਸੀ ਸੋ ਇਹਦੇ ਬਾਰੇ ਵੀ ਇਹੀ ਕਹੂੰਗਾ ਮੈਂ ਐਡਾਪਟ ਕੀਤਾ ਗਿਆ दैट मींस ਰਾਸ਼ਟਰੀ ਦਾ ਦਰਜਾ ਮਿਲਿਆ ਇਹਨੂੰ ਪਹਿਲੀ ਵਾਰੀ ਫਸਟ ਟਾਈਮ ਯੂਜ਼ ਕਰਿਆ ਗਿਆ 1896 ਦੇ ਵਿੱਚ ਕਲਕੱਤਾ ਦੇ ਵਿੱਚ ਗਾਇਆ ਗਿਆ ਸੀ ਨੈਸ਼ਨਲ ਸੌਂਗ ਆਪਣਾ ਹੈ ਕਿਹੜਾ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਨੈਸ਼ਨਲ ਸੌਂਗ ਹੈ ਕਿਹਨੇ ਲਿਖਿਆ ਆਪਣਾ ਇਹ ਲਿਖਿਆ ਸੀ ਬੰਕਿਮ ਚੰਦਰ ਚਟਰਜੀ ਨੇ ਕਿਹੜੀ ਕਿਤਾਬ ਦੇ ਵਿੱਚ ਉਹ ਬੁੱਕ ਦਾ ਨਾਮ ਕੀ ਸੀ ਬੁੱਕ ਦਾ ਨਾਮ ਸੀ ਆਨੰਦ ਮਠ ਆਨੰਦ ਮਠ ਸੋ ਆਨੰਦ ਮਠ ਜਿਹੜੀ ਬੁੱਕ ਸੀ ਉਥੋਂ ਆਪਾਂ ਇਹ ਵਾਲਾ ਜਿਹੜਾ ਬੰਕਿਮ ਚੰਦਰ ਚੱਟਰੀ ਦਾ ਲਿਆ ਹੋਇਆ ਸੋ ਇੱਥੇ ਅੱਜ ਦਾ ਸੈਸ਼ਨ ਆਪਾਂ ਫਤਿਹ ਕਰਦੇ ਹਾਂ ਬਾਕੀ ਮਿਲਾਂਗੇ ਆਪਾਂ ਕੱਲ ਦੇ ਸੈਸ਼ਨ ਦੇ ਵਿੱਚ 75 ਕੁਐਸਚਨ ਹੋ ਚੁੱਕੇ ਐ 100 ਕੁਐਸਚਨ ਜਦੋਂ ਹੋ ਜਾਣਗੇ ਤੁਹਾਨੂੰ ਪੀਡੀਐਫ ਮਿਲ ਜੇਗੀ ਟੈਲੀਗ੍ਰਾਮ ਦੇ ਉੱਪਰ ਪਹਿਲੇ 50 ਕੁਐਸਚਨ ਦੀ ਪੀਡੀਐਫ ਆ ਚੁੱਕੀ ਹੈ ਵਿਦਆਊਟ ਆਨਸਰ ਮਿਲੇਗੀ ਪੀਡੀਐਫ ਗੱਲ ਸੁਣ ਲੋ ਵਿਦਆਨਸਰ ਵਾਰ-ਵਾਰ ਕਮੈਂਟ ਕਰਕੇ ਨਾ ਕਰੋ ਸਰ ਵਿਦਆਨਸਰ ਵਿਦਆਨਸਰ ਚਾਹੀਦੀ ਹੈ ਠੀਕ ਹੈ ਸੋ ਹੁਣ ਆਪਾਂ ਮਿਲਾਂਗੇ ਕੱਲ ਵਾਲੇ ਸੈਸ਼ਨੇ ਸੇ ਆਨਲਾਈਨ ਪਲੱਸ ਆਫਲਾਈਨ ਬੈਚ ਆ ਘਰ ਬੈਠੇ ਲਗਾਓ ਚਾਹੇ ਇਥੇ ਆਕੇ ਬੋਰੀਆ ਵੀ ਸਰਾ ਚੱਕ ਲਿਓ ਤੇ ਸਰ ਸਪੈਸ਼ਲ ਕਹਿੰਦੇ ਆ ਯਾਰਾ ਬੇਲੀਆਂ ਤੇ ਸੇਹਲੀਆਂ ਸਾਰੀਆਂ ਛੱਡ ਦਿਆ ਜੀ ਫੇਰ ਹੀ ਆਇਆ ਸੀ ਐਵੇਂ ਨਾ ਆਇਆ ਸੀ ਠੀਕ ਹੈ ਨਾਲ ਨਾਲ ਲੈ ਆਇਆ ਜੀ ਹੋਰ ਕੀ ਦੱਸੂ ਕੋਈ ਸੇਲੀ ਵੀ ਨਾਲ ਹੀ ਲੈ ਜੀਏ ਸੋ 5 ਜੂਨ ਨੂੰ ਬੈਸਟਾਰਟ ਹੋ ਚੁੱਕਿਆ ਹੈ ਆਨਲਾਈਨ ਪਰਚੇਸ ਕਰਨਾ ਤਾਂ ਅਰੋੜਾ ਕਲਾਸਿਸ ਦੇ ਐਪਲੀਕੇਸ਼ਨ ਇੰਸਟਾਲ ਕਰੋ ਇਸ ਵਾਰ ਇੱਕ ਨਵੀਂ ਫੈਸਿਲਿਟੀ ਤੁਹਾਨੂੰ ਸਪੈਸ਼ਲ ਮਿਲ ਰਹੀ ਹੈ ਲਾਈਵ ਦੇ ਨਾਲ ਨਾਲ ਰਿਕਾਰਡਡ ਪੁਰਾਣਾ ਸਾਰਾ ਨਾਲ ਨਾਲ ਮਿਲ ਰਿਹਾ ਜਿਹੜੇ ਤੁਸੀਂ ਹੁੰਦੇ ਹੋ ਘਰੇ ਬੈਠੇ ਵਾਧੂ ਸਾਰੇ ਲੈਕਚਰ ਅਸੀਂ ਇਕੱਠੇ ਸੁਣਨੇ ਆ ਰਿਕਾਰਡਡ ਵੀ ਨਾਲ ਨਾਲ ਮਿਲੇਗਾ ਲੇਕਿਨ ਕੂਪਨ ਕੋਡ ਤੁਹਾਨੂੰ ਲਗਾਣਾ ਪਏਗਾ ਅਰੋੜਾ 1 2 3 1 2 3 ਓਰਡੀਨੈਂਸ ਪਾਵਰ ਆਫ ਦੀ ਪ੍ਰੈਜ਼ੀਡੈਂਟ ਉਹੀ ਲਗਾ ਦਿਓ ਬਾਕੀ ਜੈ ਮਾਤਾ ਦੀ ਮਿਲਾਂਗੇ ਕੱਲ ਵਾਲੇ ਸੈਸ਼ਨ ਥੈਂਕ ਯੂ ਸੋ ਮਚ ਬਾਬਾ ਟੇਕ ਕੇਅਰ